ਸ੍ਰੀ ਵਾਹੇ ਗੁਰੂ, ਵਾਹਿਗੁਰੂ ਨਿਮਾਣਿਓ ਦੇ ਮਾਨ ਜੀ, ਨਿਤਾਣਿਓ ਦੇ ਤਾਨ, ਨਿਓਟਿਓ ਦਿਓ ਨਿਆਸਰਿਓ ਦੇ ਆਸਰਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ, ਤਨ ਤਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਸਤਨਾਮ ਵਾਹਿਗੁਰੂ ਮਤਮੋ ਸੱਜਣ ਆਵੇ ਮਤਮੋ ਸੱਜਣ ਆਵੇ ਮਤਮੋ ਸੱਜਣ ਆਵੇ ਹੋ ਆਣ ਮਿਲਾਵੇ ਅੱਜ ਹੋ ਆਣ ਮਿਲਾਵੇ ਅੱਜ ਹੋ ਆਣ ਮਿਲਾਵੇ ਮੈਂ ਫਿਰ ਮੇਲ ਮਿਲਾਵੇ ਮੈਂ ਫਿਰ ਮੇਲ ਮਿਲਾਵੇ ਮੈਂ ਫਿਰ ਫਿਰ ਮੇਲ ਮਿਲਾਵੇ ਮੈਂ ਫਿਰ ਮੇਲ ਮਿਲਾਵੇ ਹਉ ਜਿਉ ਕਰੀ ਤਿਸ ਵਿਟੋਂ ਚੌਖਨੀ ਐ ਜੋ ਮੈਂ ਪਿਰੇ ਦਿਖਾਵੇ ਜੋ ਮੈਂ ਪਿਰੇ ਦਿਖਾਵੇ ਜੋ ਮੈਂ ਨਾਨਕ ਹਰ ਹੋਏ ਦਿਆਲ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮਿਲਾਵੇ ਤਾਂ ਗੁਰਪੂਰਾ ਮਿਲਾਵੇ ਤਾਂ ਗੁਰਪੂਰਾ ਤਾਂ ਗੁਰਪੂਰਾ ਮਿਲਾਵੇ ਤਾਂ ਗੁਰਪੂਰਾ ਮਿਲਾਵੇ ਤਾਂ ਗੁਰਪੂਰਾ ਤ੍ਰਿਸ਼ਨਾ ਬੁੱਝ ਗਈ ਆਸੇ ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ ਮੇਰੇ
ਮੇਰੀ ਤ੍ਰਿਸ਼ਨਾ ਬੁਝ ਗਈ ਆਸੇ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ, ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ 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 ਵਾਹਿਗੁਰੂ, ਤੇਰੀ ਸੇਵਾ ਤੇਰੀ ਸੇਵਾ ਮੁਕਤ ਭੋਗਤ ਜੁਗਤ ਤੇਰੀ ਸੇਵਾ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਬਿਰਾਜਮਾਨ, ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਗੁਰਫਤਿਹ ਦੀ ਸਾਂਝ ਪਾ ਕਰਕੇ ਧੰਨਵਾਦੀ ਬਣਾਓ। ਬੜੇ ਪਿਆਰ ਸਹਿਤ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਕੱਦਸ ਚਰਨਾਂ 'ਚ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕਰਨ ਦਾ ਸੁਭਾਗਾ ਸਮਾਂ ਦਾਤਾ ਜੀ ਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੋ ਰਿਹਾ। ਸਰਬੱਤ ਦੇ ਭਲੇ ਵਾਸਤੇ ਆਪ ਸਰਬੱਤ ਨਗਰ ਨਿਵਾਸੀ ਸੰਗਤਾਂ ਨੇ, ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸੁੰਦਰ ਉਪਰਾਲਾ ਕੀਤਾ ਹੈ। ਇਹ ਮਹਾਨ ਗੁਰਮਤਿ ਸਮਾਗਮ ਕੀਰਤਨ ਸਮਾਗਮ ਆਯੋਜਿਤ ਕੀਤੇ ਨੇ। ਦਸਰਿਆਂ ਤੋਂ ਪਹਿਲਾਂ ਵੱਖ ਵੱਖ ਗੁਰਮੁਖ ਪਿਆਰਿਆਂ ਦੇ ਪਾਸੋਂ ਆਪ ਜੀ ਨੇ ਗੁਰਬਾਣੀ ਦੀ ਕਥਾ ਗੁਰਬਾਣੀ ਕੀਰਤਨ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਆਓ ਜਿਤਨਾ ਸਮਾਂ ਪ੍ਰਾਪਤ ਹੋਇਆ ਆਪਣੇ ਮਨ ਚਿਤ ਬਿਰਤੀਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਹੋਏ ਯਤਨ ਕਰੀਏ ਕਿ ਸਾਡੀਆਂ ਸੁਰਤੀਆਂ ਸ਼ਬਦ ਵਿੱਚ ਸੰਜੋਈਆਂ ਜਾਣ, ਜਿਸ ਕਰਕੇ ਸਾਡਾ ਇਹ ਸਮਾਂ ਹੋਰ ਵੀ ਸੁਹਾਵਣਾ ਹੋ ਜਾਵੇ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਆਪਣੀ ਪਵਿੱਤਰ ਬਾਣੀ ਦੇ ਵਿੱਚ
ਬੜਾ ਸੁੰਦਰ ਫਰਮਾਨ ਕਰਦੇ ਨੇ। ਭਾਈ ਸਾਹਿਬ ਆਖਦੇ ਨੇ ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਸਾਡੇ ਜੀਵਨ ਦੀਆਂ ਉਹ ਘੜੀਆਂ, ਸਾਡੀ ਜ਼ਿੰਦਗੀ ਦੇ ਉਹ ਪਲ ਸ਼ੋਭ ਨੀਕ ਨੇ, ਥਾਏ ਪੈਂਦੇ ਨੇ, ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਨੇ, ਜਿਹੜੇ ਆਪਾਂ ਆਪਣੇ ਗੁਰੂ ਦੀ ਯਾਦ ਵਿੱਚ ਬਤੀਤ ਕਰਦੇ ਹਾਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੜਾ ਸੁੰਦਰ ਫੁਰਮਾਨ, ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਸਾਈ ਦੀ ਯਾਦ ਵਿੱਚ ਆਪਣਾ ਸਮਾਂ ਬਤੀਤ ਕਰੀਏ, ਉਹ ਸਮਾਂ ਸੁਹਾਵਣਾ ਬਣ ਜਾਂਦਾ ਹੈ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿੱਤ ਤੁਮਰੇ ਦੁਆਰੇ ਆਇਆ, ਅਥਵਾ ਸਾਈ ਘੜੀ ਸੁਲੱਖਣੀ ਸ਼ੋਹ ਨਾਲ ਵਿਹਾਵੈ। ਘੜੀਆਂ 'ਤੇ ਬੇਅੰਤ ਬਤੀਤ ਕਰਦੇ ਆਪਾਂ, ਪਰ ਸਤਿਗੁਰੂ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਸਾਨੂੰ ਸਿੱਖਿਆ ਦਿੰਦੇ ਨੇ, ਬਈ ਤੇਰੇ ਜੀਵਨ ਦੇ ਵਿੱਚ, ਤੇਰੀ ਜ਼ਿੰਦਗੀ ਦੇ ਵਿੱਚ ਉਹ ਘੜੀ ਸੁਲੱਖਣੀ ਹੈ ਜਿਹੜੀ ਤੂੰ ਸ਼ੋਹ ਦੇ ਨਾਲ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਿੱਚ ਬਤੀਤ ਕਰਦਾ। ਕਈ ਵਾਰੀ ਮਨੁੱਖ ਨੂੰ ਲੰਬੀ ਉਮਰ ਦਾ ਹੰਕਾਰ ਹੁੰਦਾ ਹੈ, ਮੇਰੀ ਬਹੁਤ ਲੰਬੀ ਉਮਰ ਹੈ, ਮੇਰੀ ਆਰਜ਼ਾ ਬਹੁਤ ਵੱਡੀ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਨੇ। ਵਿਦਵਾਨਾਂ ਦਾ ਵੀ ਕਥਨ ਹੈ, ਬਈ ਤੁਸੀਂ ਕਿੰਨੀ ਬਤੀਤ ਕੀਤੀ ਹੈ ਇਹ ਗੱਲ ਕੋਈ ਮਾਨਾ ਨਹੀਂ ਰੱਖਦੀ, ਇਹ ਗੱਲ ਮਾਨਾ ਰੱਖਦੀ ਹੈ ਬਈ ਤੁਸੀਂ ਕਿਸ ਤਰ੍ਹਾਂ ਦੀ ਬਤੀਤ ਕੀਤੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੈਨੇਡਾ ਦੀ ਧਰਤੀ ਕੈਲਗਰੀ ਸ਼ਹਿਰ, ਗੁਰਬਾਣੀ ਕੀਰਤਨ ਦੀ ਦਾਸ ਦੀ ਉੱਥੇ ਹਾਜ਼ਰੀ ਸੀ। ਇੱਕ ਮਹੀਨਾ ਲਗਾਤਾਰ ਗੁਰੂ ਘਰ ਵਿਖੇ ਗੁਰਬਾਣੀ ਕਥਾ ਕੀਰਤਨ ਦੀ ਹਾਜ਼ਰੀ ਭਰਨੀ ਸੀ। ਜਿਸ ਜਗ੍ਹਾ 'ਤੇ ਸਾਡੇ ਆਸਣ ਸਨ ਉੱਥੇ ਕਮਿਊਨਿਟੀ ਸੈਂਟਰ ਬਣਿਆ ਸੀ, ਹਾਲ ਬਣਿਆ ਸੀ, ਥੱਲੇ ਬੇਸਮੈਂਟ ਸੀ ਜਿੱਥੇ ਆਪਣੇ ਸਾਰੇ ਬਜ਼ੁਰਗ ਬੈਠ ਕਰਕੇ ਇੰਜੋਏ ਕਰਿਆ ਕਰਦੇ ਸਨ। ਰੋ ਵਿਚਾਰ, ਭਾਵੇਂ ਅਸੀਂ ਅਮੈਰੀਕਾ ਕੈਨੇਡਾ ਚਲੇ ਗਏ ਹਾਂ, ਗੁਸਤਾਖੀ ਮਾਫ, ਮੇਰਾ ਬਚਨ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਮਹਿਸੂਸ ਹੋਵੇਗਾ, ਪਰ ਮੈਨੂੰ ਮਾਫੀ ਦੇ ਦੇਣੀ, ਅਸੀਂ ਆਦਤਾਂ 'ਤੇ ਉੱਥੇ ਵੀ ਨਹੀਂ ਜਾ ਕੇ ਛੱਡੀਆਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਚਲੇ ਗਏ ਹਾਂ ਸੱਤ ਸਮੁੰਦਰੋਂ ਪਾਰ, ਪਰ ਉੱਥੇ ਵੀ ਖੁੰਡ ਚਰਚਾ ਇਸ ਤਰ੍ਹਾਂ ਹੀ ਚੱਲਦੀ ਹੈ, ਇਸ ਤਰ੍ਹਾਂ ਹੀ ਤਾਸ਼ ਉੱਥੇ ਵੀ ਖੇਡਦੇ ਹਾਂ, ਤਾਸ਼ ਨਾਲ ਹੀ ਲੈ ਗਏ ਹਾਂ। ਗੁਸਤਾਖੀ ਮਾਫ ਕਰਿਓ ਜੇ, ਬੜੇ ਬੜੇ ਪੜ੍ਹੇ ਲਿਖੇ, ਕਾਫੀ ਥੱਲੇ ਰੌਲਾ ਪਿਆ ਕਰੇ, ਉੱਪਰ ਆਵਾਜ਼ਾਂ ਜਾਇਆ ਕਰਨ। ਸੈਕਟਰੀ ਸਾਹਿਬ ਸਨ ਗੁਰੂ ਘਰ ਦੇ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਥੱਲੇ ਇੰਨਾ ਰੌਲਾ ਕਿਹੜੀ ਗੱਲੋਂ ਪੈਂਦਾ, ਮੈਂ ਦੋ ਤਿੰਨ ਦਿਨਾਂ ਦਾ ਮਹਿਸੂਸ ਕਰਦਾ, ਬੜੀਆਂ ਆਵਾਜ਼ਾਂ ਆਉਂਦੀਆਂ ਨੇ ਦੁਪਹਿਰ ਦੇ ਸਮੇਂ, 4-5 ਘੰਟੇ ਬੜੀਆਂ ਆਵਾਜ਼ਾਂ ਆਉਂਦੀਆਂ। ਮੈਨੂੰ ਕਹਿਣ ਲੱਗੇ, ਭਾਈ ਸਾਹਿਬ ਆਪਣਾ ਭਾਈਚਾਰਾ ਆ ਕੇ ਬੈਠਦਾ ਹੈ, ਆਪਣੇ ਬਜ਼ੁਰਗ ਆ ਕੇ ਬੈਠਦੇ ਨੇ ਅਤੇ ਉਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ। ਇੱਕ ਦਿਨ ਮੇਰਾ ਮਨ ਬਣਿਆ, ਮੈਂ ਕਿਹਾ ਮੈਂ ਉਹਨਾਂ ਕੋਲ ਜਾ ਕੇ ਬੈਠਾਂ, ਕਿਉਂ? ਸਾਡਾ ਇਹ ਮੰਨਣਾ ਹੈ ਵੀ ਬਜ਼ੁਰਗਾਂ ਕੋਲੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਕਿਸ ਤਰ੍ਹਾਂ ਦੇ ਬਜ਼ੁਰਗਾਂ ਦਾ ਮਿਲਾਪ ਹੋਇਆ ਮੈਂ ਤੁਹਾਨੂੰ ਦੱਸਣ ਲੱਗਾ। ਮੈਂ ਪੌੜੀਆਂ ਉਤਰੀਆਂ, ਬੇਸਮੈਂਟ ਵਿੱਚ ਚਲੇ ਗਿਆ, ਥੱਲੇ ਬੜੇ ਸੋਹਣੇ ਸੋਫੇ ਲੱਗੇ ਨੇ, ਐਂ ਟਾਈਆਂ ਸ਼ਾਈਆਂ ਲਾਈਆਂ, ਸੂਟ ਬੂਟ ਪਾਏ, ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ, ਕਿਸੇ ਨੇ ਦਾੜਾ ਖੁੱਲ੍ਹਾ ਛੱਡਿਆ, ਕਿਸੇ ਨੇ ਦਾੜਾ ਬੰਨ੍ਹੇ, ਵੇਖਣ ਨੂੰ ਮਹਿਸੂਸ ਹੁੰਦੇ ਸਨ ਬਈ ਇਹਨਾਂ ਵਿੱਚੋਂ ਬਹੁਤੇ ਪੜ੍ਹੇ ਲਿਖੇ ਵੀ ਨੇ, ਪੜ੍ਹੇ ਲਿਖੇ ਵੀ ਨੇ। ਕੇਤਲੀ ਦੇ ਵਿੱਚ ਚਾਹ ਪਈ ਹੈ, ਬਿਸਕੁਟ ਖਾਈ ਜਾਂਦੇ ਨੇ, ਚਾਹ ਪੀਤੀ ਜਾਂਦੇ ਨੇ, ਅਤੇ ਪੱਤੇ 'ਤੇ ਪੱਤਾ ਸੁੱਟੀ ਜਾਂਦੇ ਨੇ, ਤਾਸ਼ ਖੇਡੀ ਜਾਂਦੇ ਨੇ।
ਤਿੰਨ ਚਾਰ ਗਰੁੱਪ ਬਣੇ ਨੇ। ਮੈਂ ਜਾ ਕੇ ਫਤਿਹ ਬੁਲਾਈ, ਕਿਸੇ ਨੇ ਐਨਕ ਦੇ ਉੱਪਰ ਦੀ ਮੇਰੇ ਵੱਲ ਦੇਖਿਆ, ਕਿਸੇ ਨੇ ਕਸੂਤਰਾ ਜਿਹਾ ਦੇਖਿਆ, ਕੋਈ ਮੇਰੇ ਵੱਲ ਵੇਖ ਕੇ ਹੱਸਿਆ। ਮੈਂ ਫਤਿਹ ਬੁਲਾਈ, ਫਤਿਹ ਦਾ ਜਵਾਬ ਤਾਂ ਕਿੰਨੇ ਦੇਣਾ ਸੀ, ਇਹੋ ਜਿਹੇ ਮਾਹੌਲ 'ਚ ਦਿੰਦਾ ਕੋਈ? ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਕਹਿਣ ਲੱਗੇ ਪੰਜਾਬ ਤੋਂ ਆਇਆ, ਮੈਂ ਕਿਹਾ ਇਸ ਤਰ੍ਹਾਂ ਹੀ ਪੰਜਾਬ ਤੋਂ ਹੀ ਆਇਆ। ਕੀਰਤਨ ਕਰਦੇ ਹੋ? ਮੈਂ ਕਿਹਾ ਬਿਲਕੁਲ। ਤਾਸ਼ ਖੇਡਣੀ ਆਉਂਦੀ ਹੈ? ਮੈਂ ਕਿਹਾ ਨਹੀਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੱਚਾ ਬਚਨ ਤੁਹਾਡੇ ਨਾਲ ਸਾਂਝਾ ਕਰਨੇ। ਤਾਸ਼ ਖੇਡਣੀ ਆਉਂਦੀ ਹੈ? ਮੈਂ ਕਿਹਾ ਨਹੀਂ। ਕਹਿੰਦਾ ਆ ਜਾ, ਦੋ ਮਿੰਟਾਂ 'ਚ ਸਿਖਾ ਦਿੰਦੇ। ਮੈਂ ਕਿਹਾ ਨਹੀਂ, ਮੈਂ ਨਾ ਸਿੱਖਣੀ ਹੈ ਅਤੇ ਨਾ ਖੇਡਣੀ ਹੈ, ਜੇ ਖੇਡਣੀ ਹੁੰਦੀ ਤਾਂ ਸਿੱਖ ਲੈਂਦਾ। ਕਹਿਣ ਲੱਗਾ ਫਿਰ ਸਿੱਖਣੀ ਕਿਉਂ ਨਹੀਂ? ਮੈਂ ਕਿਹਾ ਵੀ ਇਹ ਚੰਗੀ ਗੱਲ ਥੋੜ੍ਹੀ ਹੈ। ਕਹਿਣ ਲੱਗਾ ਹੁਣ ਤੂੰ ਸਾਨੂੰ ਸਿਖਾਏਗਾ ਵੀ ਚੰਗਾ ਕੀ ਹੈ ਅਤੇ ਮਾੜਾ ਕੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਨੂੰ ਸਿਖਾਏਗਾ? ਮੈਂ ਕਿਹਾ ਨਹੀਂ, ਮੈਂ ਤੁਹਾਨੂੰ ਸਿਖਾਉਣ ਵਾਸਤੇ ਨਹੀਂ ਆਇਆ, ਮੈਂ ਤਾਂ ਬਸ ਇੰਨਾ ਕਹਿਣ ਵਾਸਤੇ ਆ ਵੀ ਆਪਾਂ ਕੁਝ ਸਮਾਂ ਨਾਮ ਨਾ ਜਪੀਏ, ਆਪਾਂ ਕੁਝ ਸਮਾਂ ਨਾਮ ਨਾ ਜਪੀਏ। ਕਹਿਣ ਲੱਗਾ ਇਹ ਕੀ ਗੱਲ ਹੋਈ? ਮੈਂ ਕਿਹਾ ਤੁਸੀਂ ਮੈਨੂੰ ਕਿਹਾ ਹੈ ਵੀ ਆਹ ਤਾਸ਼ ਖੇਡ, ਮੈਂ ਤੁਹਾਡੇ ਨਾਲ ਝਗੜਾ ਕੀਤਾ ਹੈ? ਮੈਂ ਤਾਂ ਕੁਛ ਨਹੀਂ ਆਖਿਆ, ਤੁਸੀਂ ਆਪਣਾ ਕੰਮ ਮੈਨੂੰ ਦੱਸਿਆ ਹੈ, ਮੈਂ ਕੋਈ ਗੁੱਸਾ ਨਹੀਂ ਕੀਤਾ, ਮੈਂ ਆਪਣਾ ਕੰਮ ਤੁਹਾਨੂੰ ਦੱਸ ਰਿਹਾ, ਕਿਉਂ ਗੁੱਸਾ ਕਰਦੇ ਹੋ, ਕਿਹੜੀ ਗੱਲੋਂ ਗੁੱਸਾ ਕਰਦੇ ਹੋ? ਕਹਿਣ ਲੱਗੇ ਵੀ ਜਿੱਥੋਂ ਆਇਆ ਹੈ ਨਾ, ਉੱਪਰ ਹੀ ਚੜ ਜਾ ਚੁੱਪ ਕਰਕੇ ਪੌੜੀਆਂ ਚੜ ਕੇ, ਤੇਰੇ ਵਰਗੇ ਸਾਨੂੰ ਬੜੇ ਮਤ ਦੇਣ ਵਾਲੇ ਆਏ, ਬੜੇ। ਇੱਕ ਜਣਾ ਅੱਗੇ ਹੋ ਕੇ ਕਹਿਣ ਲੱਗਾ ਤੇਰੀ ਉਮਰ ਕਿੰਨੀ ਹੈ? ਮੈਕਸੀਮਮ ਉਦੋਂ ਮੇਰੀ 35-36 ਸਾਲ ਦੀ ਉਮਰ ਸੀ। ਮੈਂ ਕਿਹਾ 35-36 ਸਾਲਾਂ ਦੀ ਉਮਰ ਹੈਗੀ ਹੈ, ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ। ਮੈਨੂੰ ਕਹਿਣ ਲੱਗਾ ਮੇਰੀ 90 ਸਾਲ ਦੀ ਉਮਰ ਹੈ, 90 ਸਾਲ ਦੀ, ਮੈਨੂੰ ਮਤ ਦੇਣਾ। ਚਲੋ ਖੈਰ, ਮੈਂ ਕੋਈ ਬਚਨ ਕਰਨਾ ਸੀ, ਇੰਨੇ ਚਿਰ ਨੂੰ ਇੱਕ ਗੁੱਠੇ ਲੱਗਾ ਸੀ ਬਜ਼ੁਰਗ, ਸ਼ਾਇਦ ਹੋ ਸਕਦਾ ਉਹਦਾ ਥੋੜ੍ਹਾ ਜਿਹਾ ਮਤ ਇਸ ਪਾਸੇ ਹੋਵੇ, ਤਾਂ ਹੀ ਉਹਨੂੰ ਗੁੱਠੇ ਲਾਇਆ ਸੀ ਨਾ ਵਿਚਾਰੇ ਨੂੰ। ਉੱਥੇ ਹੁਣ ਸਾਰੇ ਜਿਸ ਤਰ੍ਹਾਂ ਦੇ ਆਏ ਸੀ ਮੈਂ ਤੁਹਾਨੂੰ ਦੱਸ ਹੀ ਰਿਹਾ। ਉਹ ਕਹਿਣ ਲੱਗਾ ਵੀ ਠੀਕ ਹੈ, ਉਮਰ ਤੇ ਦੀ 90 ਸਾਲਾਂ ਦੀ ਹੈਗੀ ਹੈ ਪੁੱਤਰਾ, ਪਰ ਇਹਨੂੰ ਇਹ ਪੁੱਛ ਵੀ 90 ਸਾਲਾਂ ਵਿੱਚ ਕਿਤੇ 90 ਦਿਨ ਗੁਰਦੁਆਰੇ ਵੀ ਗਿਆ ਹੈ? ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਮਰ ਦਾ ਹੰਕਾਰ ਲਈ ਫਿਰਦੇ ਹਾਂ, ਉਮਰ ਬੜੀ ਹੈ, 90 ਸਾਲਾਂ ਦੀ ਹੋ ਗਈ। ਭੈਣੋ ਗੁੱਸਾ ਨਾ ਕਰਿਓ, ਮੈਂ ਇਸ ਡਿਪਾਰਟਮੈਂਟ ਦੀ ਗੱਲ ਕਰ ਰਿਹਾ। ਇੱਧਰ ਲੰਬੀ ਉਮਰ ਦਾ ਹੰਕਾਰ ਹੁੰਦਾ ਹੈ, ਮਾਫ਼ੀ ਦੇ ਦਿਓ, ਤੁਸੀਂ ਤਾਂ ਉਮਰ ਵਧਣ ਨਹੀਂ ਦਿੰਦੀਆਂ। ਭਾਵੇਂ 50 ਸਾਲ ਵੀ ਹੋ ਜਾਵੇ, ਉਹ ਕਹਿਣਗੀਆਂ ਹੁਣੀ 28-29 ਸਾਲ ਕੇ, ਉਮਰ ਕਿਹੜੀ ਹੈ ਕਿਤੇ। ਪਰ ਇੱਧਰਲੇ ਪਾਸੇ ਜਦੋਂ ਦਾੜੀ ਚਿੱਟੀ ਹੋ ਜਾਂਦੀ ਹੈ ਨਾ, ਉਦੋਂ ਫਿਰ ਪਤਾ ਕੀ ਹੁੰਦਾ ਹੈ, ਐਵੇਂ ਕਿਤੇ ਧੁੱਪ ਵਿੱਚ ਥੋੜ੍ਹੀ ਚਿੱਟੀ ਹੋਈ ਹੈ। ਬੜਾ ਤਜਰਬਾ ਹੈ ਜ਼ਿੰਦਗੀ ਦਾ, ਬਹੁਤ ਕੁਝ ਵੇਖਿਆ ਹੈ, ਬਹੁਤ ਕੁਝ ਵੇਖਿਆ। ਰਹੋ ਵਿਚਾਰ। ਗੁਰੂ ਸਾਹਿਬ ਕਹਿੰਦੇ ਨੇ ਤੂੰ ਕਿੰਨੀ ਬਤੀਤ ਕੀਤੀ ਹੈ, ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਗੁਰੂ ਕੇ ਸਿੱਖਾ ਤੂੰ ਕਿਸ ਤਰ੍ਹਾਂ ਦੀ ਬਤੀਤ ਕੀਤੀ ਹੈ, ਮੈਂ ਤਾਂ ਇਹ ਵੇਖਣਾ ਵਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਕਿਸ ਤਰ੍ਹਾਂ ਦੀ ਬਤੀਤ ਕੀਤੀ ਹੈ? ਉਮਰ ਤੇ ਥੋੜ੍ਹੀ ਵੀ ਹੋਵੇ, ਮੁਬਾਰਕ ਹੈ ਜਿਹੜੀ ਉਮਰ ਗੁਰੂ ਦੀ ਯਾਦ ਵਿੱਚ ਬਤੀਤ ਹੋਈ ਹੈ, ਗੁਰੂ ਦੀ ਯਾਦ ਵਿੱਚ ਬਤੀਤ ਹੋਈ ਹੈ। ਜਿਨ੍ਹਾਂ ਨੇ ਗੁਰੂ ਦੀ ਯਾਦ ਵਿੱਚ ਉਮਰ ਨੂੰ ਬਤੀਤ ਕੀਤਾ ਹੈ, ਮਾਲਕ ਜੀ ਕਹਿ ਉੱਠਦੇ ਨੇ ਬਈ ਉਹ ਸਮੇਂ ਨੂੰ ਮੈਂ ਕੁਰਬਾਨ ਜਾਂਦਾ ਹਾਂ, ਮੈਂ ਬਲਹਾਰ ਜਾਂਦਾ ਹਾਂ, ਜਿਹੜਾ ਸਮਾਂ ਅਸੀਂ ਮਾਲਕ ਦੀ ਯਾਦ ਵਿੱਚ ਬਤੀਤ ਕਰਦੇ ਹਾਂ, ਜਿਹੜਾ ਸਮਾਂ ਅਸੀਂ ਗੁਰੂ ਦੇ ਪ੍ਰਥਾਏ ਬਤੀਤ ਕਰਦੇ ਹਾਂ। ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਇੱਕ ਗੁਰੂ ਕਾ ਪਿਆਰਾ ਗੁਰਸਿੱਖ ਆਇਆ, ਉਹਨੇ ਆ ਕੇ ਇੱਕ ਪੋਟਲੀ ਸਤਿਗੁਰਾਂ ਦੇ ਚਰਨਾਂ ਵਿੱਚ ਰੱਖੀ ਹੈ, ਨਮਸਕਾਰ ਕੀਤੀ ਹੈ। ਪਾਤਸ਼ਾਹ ਜੀ ਕਹਿਣ ਲੱਗੇ ਕੀ ਹੈ? ਕਹਿਣ ਲੱਗਾ ਜੀ ਮੇਰੀ ਕਮਾਈ ਦਾ ਦਸਵੰਧ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਪੁਰਾਣੇ ਗੁਰਸਿੱਖਾਂ ਦਾ ਇੱਕ ਨੇਮ ਹੁੰਦਾ ਸੀ, ਇੱਕ ਨਿਯਮ ਹੁੰਦਾ ਸੀ। ਰਹੋ ਵਿਚਾਰ,
ਹੁਣ ਤੇ ਇਹ ਨਿਯਮ ਬਹੁਤ ਘਟ ਗਿਆ, ਹੁਣ ਤੇ ਨੇਮ ਬਹੁਤ ਘਟ ਗਿਆ। ਇਹ ਦਸਵੰਧ ਕੱਢਣਾ, ਉਹ ਆਪਣੀ ਕਮਾਈ ਦਾ ਦਸਵੰਧ ਕੱਢਿਆ ਕਰਦੇ ਸਨ ਪੁਰਾਣੇ ਗੁਰਸਿੱਖਾਂ ਦੇ ਵੇਲੇ। ਉਦੋਂ ਤਾਂ ਬੋਲੇ ਵੀ ਬਣੇ ਸਨ, ਜੋ ਬਾਬੇ ਕੇ ਦਾਮ ਨਾ ਦੇ ਹੈ ਤਾਂ ਤੇ ਗਹਿ ਬਾਬਰ ਕੇ ਲੈ ਹੈ। ਕਹਿੰਦੇ ਜੋ ਬਾਬੇ ਦੇ ਨਿਮਿਤ ਦਸਵੰਧ ਨਹੀਂ ਨਾ ਕੱਢਦਾ, ਗੁਰਸਿੱਖਾਂ ਦਾ ਬੋਲਾ ਸੀ, ਕਹਿੰਦੇ ਬਾਬਰ ਕੇ ਖੋ ਲੈਣਗੇ ਉੱਤੋਂ, ਬਾਬਰ ਕੇ ਲੈ ਜਾਣਗੇ ਉੱਤੋਂ। ਤੇ ਹੁੰਦਾ ਇਸ ਤਰ੍ਹਾਂ ਹੀ ਹੈ ਨਾ, ਅਸੀਂ ਗੁਰੂ ਦੇ ਪ੍ਰਥਾਏ ਦਸਵੰਧ ਨਹੀਂ ਕੱਢਦੇ, ਬਿਮਾਰੀ ਉੱਤੇ ਲੱਖਾਂ ਰੁਪਈਆ ਲਾ ਲੈਂਦੇ ਹਾਂ, ਗੁਰੂ ਦੇ ਪ੍ਰਥਾਏ ਦਸਵੰਧ ਨਹੀਂ ਕੱਢਦੇ, ਮੁਕੱਦਮਿਆਂ ਉੱਪਰ ਲੱਖਾਂ ਰੁਪਈਆ ਲਾ ਲੈਂਦੇ ਹਾਂ, ਲੱਗਦੇ। ਤੇ ਪੁਰਾਣੇ ਗੁਰਸਿੱਖ ਕਿਹਾ ਕਰਦੇ ਸਨ, ਜਿਹੜਾ ਗੁਰੂ ਦੇ ਨਿਮਿਤ ਦਸਵੰਧ ਕੱਢੇਗਾ ਨਾ, ਉਹਦੇ ਆਸੇ ਪਾਸੇ ਪੈਸੇ ਖਰਚ ਨਹੀਂ ਆਉਣਗੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਭਾਵਨਾ ਸੀ, ਇੱਕ ਧਾਰਨਾ ਸੀ, ਰਹੋ ਵਿਚਾਰ, ਚੰਗੀ ਬਾਤ ਹੈ। ਕਹਿਣ ਲੱਗਾ, ਸਤਿਗੁਰੂ ਜੀ ਮੇਰੀ ਕਮਾਈ ਦਾ ਦਸਵੰਧ ਹੈ ਅਤੇ ਮੈਂ ਦਸਵੰਧ ਲੈ ਕਰਕੇ ਆਇਆ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਕੇ ਸਿੱਖਾ ਨਿਹਾਲ ਹੋਇਓ, ਨਿਹਾਲ ਹੋਇਓ। ਅਤੇ ਨਾਲ ਹੀ ਮੇਰੇ ਮਾਲਕ ਜੀ ਨੇ, ਸੰਗਤ ਬੈਠੀ ਸੀ, ਸੰਗਤ ਨੂੰ ਸੰਬੋਧਨ ਹੋ ਕੇ ਇੱਕ ਬੜਾ ਕਮਾਲ ਦਾ ਬਚਨ ਆਖਿਆ, ਬੜਾ ਸਿੱਖਿਆਦਾਇਕ ਬਚਨ ਕਿਹਾ। ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਕਾ ਪਿਆਰਾ ਗੁਰਸਿੱਖ ਸਾਡੇ ਕੋਲ ਦਸਵੰਧ ਲੈ ਕੇ ਆਇਆ ਆਪਣੀ ਕਮਾਈ ਦਾ, ਆਪਣੀ ਕਿਰਤ ਵਿੱਚੋਂ ਇਹਨੇ ਦਸਵੰਧ ਕੱਢਿਆ ਹੈ, ਅਸੀਂ ਇੱਥੇ ਖੁਸ਼ ਹੋਏ ਹਾਂ। ਪਰ ਸੰਗਤ ਜੀ ਯਾਦ ਰੱਖਿਓ, ਜੇ ਅਸੀਂ ਉੱਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ ਜਿਹੜਾ ਆਪਣਾ ਆਪਣੇ ਸਮੇਂ ਦਾ ਦਸਵੰਧ ਕੱਢਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨੇ ਧਨ ਦਾ ਦਸਵੰਧ ਕੱਢਿਆ ਹੈ, ਸਾਡੀਆਂ ਖੁਸ਼ੀਆਂ ਨੇ, ਪਰ ਉਸ ਗੁਰਸਿੱਖ 'ਤੇ ਸਾਡੀਆਂ ਬਹੁਤੀਆਂ ਖੁਸ਼ੀਆਂ ਹੁੰਦੀਆਂ ਨੇ ਜਿਹੜਾ ਸਮੇਂ ਦਾ ਦਸਵੰਧ ਵੀ ਕੱਢਦਾ ਹੈ। ਸਮੇਂ ਦਾ ਦਸਵੰਧ 24 ਘੰਟਿਆਂ ਦਾ ਲਗਭਗ ਦਸਵੰਧ ਬਣਦਾ ਹੈ, 2.5 ਘੰਟੇ। ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾਉਂਦੇ ਨੇ ਨਾ, ਉਦੋਂ ਇਹ ਗੱਲ ਕਹਿੰਦੇ ਨੇ, 24 ਘੰਟਿਆਂ ਵਿੱਚੋਂ 2.5 ਘੰਟੇ ਗੁਰੂ ਨੂੰ ਦੇਣੇ ਨੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦਸਵੰਧ ਗੁਰੂ ਨੂੰ ਅਰਪਣ ਕਰਨਾ ਹੈ। ਦਾਤਾ, ਇਹ ਜਿਹੜੇ ਸਵਾਸ ਨੇ ਨਾ, ਇਹ ਤੇਰੀ ਅਮਾਨਤ ਨੇ, ਅਤੇ ਮਾਲਕ ਜੀ ਇਹਨਾਂ ਸਵਾਸਾਂ ਦੇ ਨਾਲ ਤੇਰਾ ਸਿਮਰਨ ਹੋ ਜਾਵੇ, ਇਹਨਾਂ ਸਵਾਸਾਂ ਦੇ ਨਾਲ ਤੇਰੇ ਗੁਣਾਂ ਨੂੰ ਗਾਵਿਆ ਜਾਏ, ਸਾਡੀ ਜ਼ਿੰਦਗੀ ਸਫਲ ਹੋ ਜਾਵੇਗੀ। ਇਸ ਤਰ੍ਹਾਂ ਦੀ ਭਾਵਨਾ, ਇਸ ਤਰ੍ਹਾਂ ਦਾ ਅਕੀਦਾ ਮਨ ਵਿੱਚ ਹੋਵੇ। ਸੋ ਰਹੋ ਵਿਚਾਰ, ਕੀਰਤਨ ਬੰਦਗੀ ਦੇ ਵਿੱਚ ਆਪਾਂ ਬੈਠੇ ਹਾਂ, ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਔਰ ਸਲਾਹ ਵਿੱਚ ਬੈਠੇ ਹਾਂ। ਬੜੀਆਂ ਬਖਸ਼ਿਸ਼ਾਂ ਨੇ, ਆਪਾਂ ਸ਼ਬਦ ਆਰੰਭ ਕੀਤਾ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ। ਤੇਰੀ ਸੇਵਾ ਦਾਤਾ ਮਹਾਨ ਹੈ, ਮੁਕਤੀ ਦੀ ਦਾਤੀ ਹੈ, ਜੁਗਤੀ ਦੀ ਦਾਤੀ ਹੈ, ਭੁਗਤ ਸਾਰੇ ਪਦਾਰਥਾਂ ਦੀ ਦਾਤੀ ਹੈ। ਪਰ ਮਾਲਕ ਜੀ ਕਰਦਾ ਤਾਂ ਉਹ ਹੀ ਹੈ ਨਾ ਜਿਹਦੇ ਉੱਪਰ ਤੁਸੀਂ ਕਿਰਪਾ ਕਰਦੇ ਹੋ। ਅਗਲੀ ਪੰਕਤੀ ਵਿੱਚ ਆਖਦੇ ਨੇ, ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਬੈਕੁੰਠ ਕਿਹਨੂੰ ਕਹਿੰਦੇ ਨੇ? ਸੱਚਖੰਡ। ਸੱਚਖੰਡ ਕਿਹਨੂੰ ਕਹਿੰਦੇ ਨੇ? ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਮਾਲਕ ਦੀ ਕੀਰਤੀ ਹੁੰਦੀ ਹੈ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਜਿੱਥੇ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਔਰ ਸਲਾਹ ਹੈ ਨਾ, ਜਿਸ ਹਿਰਦੇ ਵਿੱਚ ਉਹਦੀ ਕੀਰਤੀ ਹੈ, ਉਹਦੀ ਵਡਿਆਈ ਹੈ, ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਨੇੜੇ ਕਦੇ ਦੁੱਖ ਕਲੇਸ਼ ਨਹੀਂ ਆਉਂਦੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ, ਇਹ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨੇ, ਬਹੁਤ ਵੱਡੀ ਦਾਤ, ਬੜੀ ਵੱਡੀ ਬਖਸ਼ਿਸ਼ ਹੈ ਸੰਗਤ ਵਿੱਚ ਬੈਠ ਕਰਕੇ ਗੁਰਬਾਣੀ ਦੇ ਨਾਲ ਜੁੜਨਾ, ਗੁਰਬਾਣੀ ਦੇ ਕਥਾ ਔਰ ਕੀਰਤਨ ਨੂੰ ਸਰਵਣ ਕਰਨਾ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਇਸ ਸਮੇਂ ਦੇ ਵਿੱਚ, ਕਿਉਂਕਿ ਪਦਾਰਥਵਾਦੀ ਮਾਹੌਲ ਹੈ, ਮਨੁੱਖ ਪਦਾਰਥ ਦੀ ਪ੍ਰਾਪਤੀ ਵਾਸਤੇ ਦਿਨੇ ਰਾਤ ਯਤਨ ਕਰਦਾ ਹੈ, ਦਿਨੇ ਰਾਤ ਯਤਨ ਕਰਦਾ ਹੈ, ਪਰ ਪਰਮਾਰਥ ਦੀ ਪ੍ਰਾਪਤੀ ਵਾਸਤੇ ਤਾਂ ਕੋਈ ਵਿਰਲਾ ਹੀ ਯਤਨ ਕਰਦਾ ਹੈ ਨਾ। ਗੱਜ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ ਦਾਸ ਨੂੰ ਬਚਨ ਯਾਦ ਆ ਗਿਆ, ਸੱਚਖੰਡ ਵਾਸੀ ਸ਼੍ਰੀਮਾਨ ਬਾਬਾ ਠਾਕੁਰ ਸਿੰਘ ਜੀ ਖਾਲਸਾ। ਦਾਸ ਨੇ ਉਹਨਾਂ ਦੀ ਸੰਗਤ ਕੀਤੀ, ਤਤ ਬੇਤੇ ਮਹਾਂਪੁਰਸ਼ ਸਨ। 24 ਘੰਟਿਆਂ ਵਿੱਚ ਘੰਟੇ ਦੋ ਘੰਟੇ ਆਰਾਮ ਕਰਨਾ, ਬਾਕੀ ਸਾਰਾ ਸਮਾਂ ਬਾਣੀ ਪੜ੍ਹਨੀ ਜਾਂ ਬਾਣੀ ਸੁਣਨੀ। ਰਾਤ ਦਾ ਸਮਾਂ ਸੀ 12 ਸਾਢੇ 12 ਵਜੇ ਦਾ ਸਮਾਂ, ਮਹਾਂਪੁਰਸ਼ ਬਾਣੀ ਸਰਵਣ ਕਰ ਰਹੇ ਸਨ ਬਿਲਡਿੰਗ ਦੀ ਉੱਪਰਲੀ ਮੰਜ਼ਿਲ 'ਤੇ। ਅਸੀਂ 3-4 ਸਿੰਘ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਅਚਾਨਕ ਖਲੋ ਗਏ ਸਾਡੇ ਸਾਰਿਆਂ ਦੇ ਸਨਮੁੱਖ, ਅੱਗੇ ਕਰ ਲਿਆ ਸਾਨੂੰ, ਕਹਿਣ ਲੱਗੇ ਇੱਕ ਸਵਾਲ ਦਾ ਜਵਾਬ ਦਿਓਗੇ, ਹੱਥ ਜੋੜੇ ਬੇਨਤੀ ਕੀਤੀ, ਮਹਾਂਪੁਰਸ਼ ਆਉਂਦਾ ਹੋਵੇਗਾ ਤਾਂ ਜ਼ਰੂਰ ਦੇਵਾਂਗੇ। ਕਹਿਣ ਲੱਗੇ ਰਾਤ ਦੇ ਸਮੇਂ ਦੋ ਕਿਸਮ ਦੇ ਮਨੁੱਖ ਜਾਗਦੇ ਨੇ, ਕੌਣ ਜਾਗਦੇ ਨੇ? ਰਾਤ ਦੇ ਸਮੇਂ ਦੋ ਕਿਸਮ ਦੇ ਮਨੁੱਖ ਜਾਗਦੇ ਨੇ, ਦੱਸੋ ਕਿਹੜੇ ਕਿਹੜੇ ਜਾਗਦੇ ਨੇ? ਅਸੀਂ ਬੇਨਤੀ ਕੀਤੀ, ਮਹਾਂਪੁਰਸ਼ੋ ਸਾਨੂੰ ਪਤਾ ਨਹੀਂ। ਕਹਿਣ ਲੱਗੇ ਫਿਰ ਪੜ੍ਹੇ ਕੀ ਹੋ, ਪਤਾ ਹੀ ਨਹੀਂ, ਕਿਰਪਾ ਕਰਕੇ ਤੁਸੀਂ ਦੱਸੋ। ਕਹਿਣ ਲੱਗੇ ਰਾਤ ਨੂੰ ਦੋ ਕਿਸਮ ਦੇ ਮਨੁੱਖ ਜਾਗਣਗੇ, ਜਾਂ ਚੋਰ ਸਾਧੂ ਜਾਗੂਗਾ ਅਤੇ ਜਾਂ ਸਾਧੂ ਜਾਗੂਗਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਚੋਰ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਸਤੇ ਜਾਗਦਾ, ਸਾਧੂ ਆਪਣੀ ਜ਼ਿੰਦਗੀ ਨੂੰ ਆਬਾਦ ਕਰਨ ਵਾਸਤੇ ਜਾਗਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ। ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਇਬਾਦਤ ਕਰਦਿਆਂ, ਉਹਦੀ ਬੰਦਗੀ ਕਰਦਿਆਂ ਜਿਹੜਾ ਸਮਾਂ ਬਤੀਤ ਹੁੰਦਾ ਹੈ, ਉਹ ਸਮਾਂ ਪ੍ਰਵਾਣੇ ਗੁਰੂ ਦੇ ਦਰ 'ਤੇ ਲੇਖੇ ਵਿੱਚ ਪੈ ਜਾਂਦਾ ਹੈ। ਸਾਧ ਸੰਗਤ, ਕੀਰਤੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਤੌਰ ਸਲਾਹ ਕਰਨੀ, ਇਹ ਦਾਤਾ ਜੀ ਬਖਸ਼ਿਸ਼ ਕਰਦੇ ਨੇ। ਸਾਧ ਸੰਗਤ, ਮਾਲਕ ਜੀ ਨੇ ਕਹਿ ਦਿੱਤਾ, ਕਹਿਣ ਲੱਗੇ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮਹਿ ਜਾਗਣਾ। ਮਾਲਕ ਦੀ ਵਡਿਆਈ ਵਿੱਚ ਜਾਗਣਾ ਇਹ ਉੱਤਮ ਜਾਗਣਾ ਹੈ, ਇਹ ਸ੍ਰੇਸ਼ਟ ਜਾਗਣਾ ਹੈ, ਇਹ ਸਰਵੋਤਮ ਜਾਗਣਾ ਹੈ। ਆਓ ਇਸ ਜਾਗਣੇ ਨੂੰ ਹੋਰ ਸਫਲ ਬਣਾਈਏ, ਆਪਣੇ ਮਨ ਚਿਤ ਬਿਰਤੀਆਂ ਨੂੰ ਗੁਰ ਸ਼ਬਦ ਵਿੱਚ ਸੰਜੋ ਕਰਕੇ। ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਮੁਕਤ ਭੁਗਤ ਸੁਖਤ ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਮੁਕਤ ਭੁਗਤ ਸੁਖਤ ਤੇਰੀ ਸੇਵਾ। ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ, ਤੇਰੇ ਦਰਸ਼ਨ ਕੋ ਬਲਿਹਾਰਾ,
ਤੇਰੇ ਦਰਸ਼ਨ ਕੋ ਬਲਿਹਾਰਾ, ਤੇਰੇ ਦਰਸ਼ਨ ਕੋ ਬਲਿਹਾਰਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਭੁਗਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਭੁਗਤ ਭੁਗਤ ਜੁਗਤ ਤੇਰੀ ਸੇਵਾ। ਸੁਖ ਤੇਰਾ ਦਿੱਤਾ ਲਹੀਏ, ਸੁਖ ਤੇਰਾ ਦਿੱਤਾ ਲਹੀਏ, ਸੁਖ ਤੇਰਾ ਦਿੱਤਾ ਲਹੀਏ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਮੁਕਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਤੇਰਾ ਤਹਾਂ ਬੈਕੁੰਠ
ਆਪੇ ਸ਼ਰਧਾ ਲਾਏ, ਤੂੰ ਆਪੇ ਸ਼ਰਧਾ ਲਾਏ, ਤੂੰ ਆਪੇ ਸ਼ਰਧਾ ਲਾਏ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਸਿਮਰ 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 ਨਾਮ ਜੀਵਾਂ ਤਨ ਮਨ ਹੋਏ ਨਿਹਾਲਾ, ਸਿਮਰ 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 ਨਾਮ ਜੀਵਾਂ ਤਨ ਮਨ ਹੋਏ ਨਿਹਾਲਾ, ਵਾਹਿਗੁਰੂ ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰ ਦੀਨ ਦਿਆਲਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੋਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੋਗਤ ਜੁਗਤ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ, ਜਿੱਤ ਕੁਰਬਾਨ ਜਾਈ, ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ, ਨਾਨਕ ਕੋ ਪ੍ਰਭ ਭੈ ਕਿਰਪਾਲਾ, ਨਾਨਕ ਕੋ ਪ੍ਰਭ ਭੈ ਕਿਰਪਾਲਾ, ਸਤਿਗੁਰ ਪੂਰਾ ਪਾਇਆ, ਸਤਿਗੁਰ ਪੂਰਾ ਪਾਇਆ, ਸਤਿਗੁਰ ਪੂਰਾ ਪਾਇਆ, ਸਤਿਗੁਰ ਪੂਰਾ ਪਾਇਆ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ,
ਭਗਤ ਭੋਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਜਿਸ ਤੂੰ ਆਪ ਕਰਾਏ, ਤੇਰੀ ਸੇਵਾ, ਤੇਰੀ ਸੇਵਾ, ਤੇਰੀ ਸੇਵਾ, ਭੁਗਤ ਭੁਗਤ ਜੁਗਤ 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 ਤੇਰੀ ਸੇਵਾ। ਗੁਰਪੁਰੇ ਮੇਰੀ ਰਾਖ ਲਈ, ਆਓ ਸਤਿਗੁਰਾਂ ਦੀ ਵਡਿਆਈ 'ਚ, ਸਤਿਗੁਰਾਂ ਦੀ ਮਹਿਮਾ ਦੇ ਵਿੱਚ ਇਹ ਪਾਵਨ ਅਤੇ ਪਵਿੱਤਰ ਸ਼ਬਦ ਬੜੇ ਪਿਆਰ ਨਾਲ ਗਾਵੀਏ, ਸੁਣੀਏ। ਗੁਰਪੁਰੇ ਮੇਰੀ ਰਾਖ ਲਈ, ਪੂਰੇ ਗੁਰੂ ਨੇ ਕਿਰਪਾ ਕਰਕੇ, ਦਇਆ ਕਰਕੇ, ਮਿਹਰਾਮਤ ਕਰਕੇ ਮੇਰੀ ਰੱਖ ਲਈ ਹੈ। ਜਦੋਂ ਜਗਿਆਸੂ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ 'ਚ ਅਰਦਾਸ ਕਰਦਾ ਹੈ ਨਾ, ਬੇਨਤੀ ਕਰਦਾ ਹੈ ਨਾ, ਅਤੇ ਮਾਲਕ ਜੀ ਦਇਆ ਕਰਦੇ ਨੇ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ, ਅਰਦਾਸ ਕੀਤੀ ਸੀ, ਮੇਰੀ ਅਰਦਾਸ ਪੂਰੀ ਨਹੀਂ ਹੋਈ। ਮੇਰੇ ਮਾਲਕ ਜੀ ਸਿੱਖਿਆ ਦਿੰਦੇ ਨੇ, ਸਮਝਾਉਂਦੇ ਨੇ, ਕਹਿੰਦੇ ਤੈਨੂੰ ਅਰਦਾਸ ਕਰਨ ਦੀ ਜਾਂਚ ਹੋਵੇ, ਤੈਨੂੰ ਅਰਦਾਸ ਕਰਨ ਦਾ ਤਰੀਕਾ ਹੋਵੇ, ਨਹੀਂ ਹੋ ਸਕਦਾ ਤੇਰੀ ਕੀਤੀ ਅਰਦਾਸ ਕਦੇ ਪੂਰੀ ਨਹੀਂ ਹੋਵੇਗੀ। ਕਿਸੇ ਕਵੀ ਨੇ ਬੜਾ ਸੁੰਦਰ ਆਖਿਆ, ਉਹ ਕਹਿੰਦਾ ਦਾਤੇ ਨੂੰ ਤੇ ਚਾਰ ਇਹਦਾ ਦਾਤਾਂ ਵਰਤਾਉਣ ਦਾ, ਤੈਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਫੈਲਾਉਣ ਦਾ। ਦਾਤੇ ਨੂੰ ਤੇ ਚਾਰ ਇਹਦਾ, ਮੈਂ ਆਪਣੇ ਸੇਵਕਾਂ ਨੂੰ ਦਾਤਾਂ ਦੀ ਬਖਸ਼ਿਸ਼ ਕਰਾਂ, ਹੁਣ ਤੈਨੂੰ ਝੋਲੀ ਅੱਡਣ ਦੀ ਜਾਂਚ ਹੀ ਨਾ ਹੋਵੇ, ਕਸੂਰ ਤੇਰਾ ਹੋਇਆ, ਗੁਰੂ ਦਾ ਕਸੂਰ ਥੋੜ੍ਹਾ ਹੈ। ਬਾਬਾ ਕਬੀਰ ਜੀ ਨੇ ਬੜਾ ਸੁੰਦਰ ਆਖਿਆ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਜੇ ਤੇਰੇ ਵਿੱਚ ਹੀ ਅਜੇ ਚੂਕ ਏ, ਤਾਂ ਫਿਰ ਸਾਚਾ ਸਤਿਗੁਰੂ ਕੀ ਕਰੇਗਾ। ਆਪਣੀ ਭਾਵਨਾ ਬਣਾ, ਸ਼ਰਧਾ ਬਣਾ, ਅਕੀਦਾ ਬਣਾ, ਤੇਰਾ ਨਿਸ਼ਚਾ ਜਿੱਦਣ ਗੁਰੂ 'ਤੇ ਬਣ ਗਿਆ ਨਾ, ਤਾਂ ਯਾਦ ਰੱਖੀ ਤੇਰੀ ਕੀਤੀ ਹੋਈ ਅਰਦਾਸ ਗੁਰੂ ਸੁਣ ਲਵੇਗਾ। ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਆਪਾਂ ਕਹਿੰਦੇ ਅਰਦਾਸ ਕੀਤੀ ਸੀ, ਪੂਰੀ ਨਹੀਂ ਹੋਈ। ਸਤਿਗੁਰੂ ਕਹਿੰਦੇ ਨੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਇਹਦਾ ਮਤਲਬ ਫਿਰ ਇਹੋ ਹੀ ਹੋਇਆ ਨਾ, ਸਾਨੂੰ ਜਨ ਬਣਨ ਦੀ ਜਾਂਚ ਹੀ ਨਹੀਂ ਆਈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਅਸੀਂ ਅਜੇ ਅਸੀਂ ਜਨ ਬਣੇ ਹੀ ਨਹੀਂ। ਜਨ ਕਿਹਨੂੰ ਕਹਿੰਦੇ ਨੇ? ਜਿਹਦਾ ਆਸਰਾ ਕੇਵਲ ਗੁਰੂ ਦੇ ਉੱਪਰ ਹੋਵੇ, ਕਿ ਦਾਤਾ ਮੈਨੂੰ ਤੇਰਾ ਆਸਰਾ ਹੈ, ਮੇਰਾ ਨਿਸ਼ਚਾ ਕੇਵਲ ਤੇਰੇ ਉੱਪਰ ਹੈ। ਜਿਹੜੇ ਗੁਰਮੁਖ ਪਿਆਰੇ ਹਿਸਟਰੀ ਪੜ੍ਹੇ ਨੇ ਨਾ, ਉਹਨਾਂ ਨੂੰ ਪਤਾ ਹੋਵੇਗਾ ਦੁਨੀਆ ਦੇ ਇਤਿਹਾਸ ਵਿੱਚ ਇੱਕ ਮਨੁੱਖ ਦਾ ਨਾਮ ਆਉਂਦਾ ਹੈ, ਉਹਦਾ ਨਾਮ ਹੈ ਲੁਕਮਾਨ। ਬੜਾ ਤਗੜਾ ਵਿਦਵਾਨ ਹੋਇਆ, ਬੜਾ ਤਗੜਾ ਵੈਦ ਹੋਇਆ।
ਇਹ ਦੁਨੀਆ ਦੇ ਇਤਿਹਾਸ ਵਿੱਚ ਉਹਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ। ਮਹਾਨ ਫਿਲਾਸਫਰ, ਮਹਾਨ ਵਿਦਵਾਨ, ਔਰ ਮਹਾਨ ਵਿਦਵਾਨ ਹੀ ਨਹੀਂ, ਮਹਾਨ ਉਹ ਵੈਦ ਵੀ ਹੋਇਆ, ਲੁਕਮਾਨ। ਸਾਧ ਸੰਗਤ, ਅਤੇ ਲੁਕਮਾਨ ਦਾ ਜਦੋਂ ਪਿਛੋਕੜ ਆਪਾਂ ਦੇਖਦੇ ਹਾਂ ਨਾ, ਅਤੇ ਪਿਛੋਕੜ ਉਹਦਾ ਪਤਾ ਕੀ ਸੀ? ਅਰਬ ਕੰਟਰੀਆਂ ਦੇ ਵਿੱਚ ਅੱਜ ਵੀ ਮਨੁੱਖਾਂ ਦੀਆਂ ਮੰਡੀਆਂ ਲੱਗਦੀਆਂ ਨੇ, ਅੱਜ ਵੀ ਮਨੁੱਖ ਵਿਕਦੇ ਨੇ। ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਵੀ ਹਿੰਦੁਸਤਾਨ ਦੇ ਲੋਕਾਂ ਨੂੰ ਬੰਧਕ ਬਣਾ ਕੇ ਮੁਗਲ ਲੋਕ ਲੈ ਜਾਂਦੇ ਸਨ, ਅਤੇ ਸਾਧ ਸੰਗਤ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟੱਕੇ ਟੱਕੇ 'ਤੇ ਵੇਚਦੇ ਸਨ। ਉਹੀ ਸਮਾਂ ਨਹੀਂ, ਅੱਜ ਵੀ ਕਿਧਰੇ ਇਹੋ ਜਿਹੇ ਸ਼ਹਿਰ ਹੈ ਨੇ ਅਰਬ ਕੰਟਰੀਆਂ ਦੇ ਵਿੱਚ, ਅਰਬ ਮੁਲਕਾਂ ਦੇ ਵਿੱਚ, ਜਿੱਥੇ ਮਨੁੱਖਾਂ ਦੀਆਂ ਮੰਡੀਆਂ ਲੱਗਦੀਆਂ ਨੇ। ਅਤੇ ਯਾਦ ਰੱਖਿਓ, ਇਹ ਜਿਹੜਾ ਲੁਕਮਾਨ ਜਿਹਦਾ ਆਪਾਂ ਹਿਸਟਰੀ ਸ਼ੁਰੂ ਕੀਤੀ, ਸਟੋਰੀ ਸ਼ੁਰੂ ਕੀਤੀ ਹੈ ਨਾ, ਲੁਕਮਾਨ ਵੀ ਮਨੁੱਖਾਂ ਦੀ ਮੰਡੀ ਵਿੱਚ ਵਿਕਿਆ ਹੋਇਆ ਇੱਕ ਛੋਟਾ ਜਿਹਾ ਬਾਰਕੇ, ਛੋਟਾ ਜਿਹਾ ਬੱਚਾ ਹੈ, ਕਿਸੇ ਸ਼ਾਹੂਕਾਰ ਨੇ ਖਰੀਦ ਲਿਆ, ਕਿਸੇ ਧਨਾੜ ਨੇ, ਕਿਸੇ ਸੇਠ ਨੇ ਖਰੀਦ ਲਿਆ, ਆਪਣਾ ਨੌਕਰ ਬਣਾ ਲਿਆ, ਪੈਸੇ ਦੇ ਕੇ ਆਪਣੇ ਘਰ ਲੈ ਆਇਆ, ਛੋਟਾ ਜਿਹਾ ਬੱਚਾ ਹੈ ਲੁਕਮਾਨ। ਅਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਬਈ ਲੁਕਮਾਨ ਨੇ ਕੁਝ ਹਦਵਾਣੇ, ਜਿਹੜਾ ਇਹਦਾ ਸ਼ਾਹੂਕਾਰ ਸੀ ਨਾ, ਸੇਠ ਸੀ, ਉਹਨੇ ਕੁਝ ਹਦਵਾਣੇ, ਕੁਝ ਮਤੀਰੇ ਮੰਡੀ ਵਿੱਚੋਂ ਲਿਆਂਦੇ ਨੇ। ਇੱਕ ਪਾਸੇ ਉਹਦਾ ਪਰਿਵਾਰ ਬੈਠਾ ਹੈ, ਛੋਟੇ ਛੋਟੇ ਉਹਦੇ ਬੱਚੇ ਬੈਠੇ ਨੇ, ਅਤੇ ਦੂਸਰੇ ਪਾਸੇ ਲੁਕਮਾਨ ਧਰਤੀ ਦੇ ਉੱਪਰ ਚੌਂਕੜਾ ਮਾਰ ਕਰਕੇ ਬੈਠਾ ਹੈ, ਕਿਉਂਕਿ ਨੌਕਰ ਹੈ ਨਾ, ਸੇਵਕ ਹੈ ਨਾ। ਪਰ ਯਾਦ ਰੱਖਿਓ, ਜੇ ਸੇਵਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਲੁਕਮਾਨ ਕੋਲੋਂ ਸਿੱਖਿਆ ਲਈਏ। ਸਾਧ ਸੰਗਤ, ਹੁਣ ਇਹ ਸ਼ਾਹੂਕਾਰ ਕੀ ਕਰਦਾ ਹੈ? ਮਤੀਰਾ ਤੋੜਦਾ ਹੈ, ਹਦਵਾਣੇ ਨੂੰ ਭੰਨਦਾ ਹੈ, ਉਹਨੂੰ ਖਾ ਕੇ ਦੇਖਦਾ ਹੈ। ਜਿਹੜਾ ਹਦਵਾਣਾ ਅਤੇ ਮਿੱਠਾ ਹੁੰਦਾ ਹੈ ਨਾ, ਉਸ ਹਦਵਾਣੇ ਨੂੰ ਉਹ ਆਪਣੇ ਬੱਚਿਆਂ ਅੱਗੇ ਰੱਖਦਾ ਹੈ, ਬਈ ਇਹਨੂੰ ਤੁਸੀਂ ਖਾਓ, ਆਪਣਾ ਪਰਿਵਾਰ ਹੈ, ਆਪਣੇ ਬੱਚੇ ਨੇ। ਅਤੇ ਜਿਹੜਾ ਹਦਵਾਣਾ ਕੌੜਾ ਨਿਕਲਦਾ ਹੈ ਨਾ, ਉਹ ਲੁਕਮਾਨ ਦੇ ਅੱਗੇ ਰੱਖੀ ਜਾਂਦਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਲੁਕਮਾਨ ਉਸ ਕੌੜੇ ਮਤੀਰੇ ਨੂੰ ਬੜੇ ਆਨੰਦ ਦੇ ਨਾਲ ਖਾਂਦਾ ਹੈ, ਜਿਵੇਂ ਕੋਈ ਸ਼ਹਿਦ ਵਰਗੀ ਮਿੱਠੀ ਵਸਤੂ ਖਾ ਰਿਹਾ ਹੋਵੇ। ਬੜਾ ਖੁਸ਼ ਹੈ, ਬੜਾ ਚਾਅ ਕਰਦਾ ਹੈ, ਬੜਾ ਖੁਸ਼ ਹੋ ਕੇ ਕੌੜਾ ਮਤੀਰਾ ਖਾਈ ਜਾਂਦਾ ਹੈ। ਹੈਰਾਨ ਹੋਇਆ ਸ਼ਾਹੂਕਾਰ, ਆਪਣੇ ਬੱਚਿਆਂ ਵੱਲ ਦੇਖਦਾ ਹੈ, ਇਹ ਤਾਂ ਮਿੱਠੇ ਮਤੀਰੇ ਇੰਨੇ ਖੁਸ਼ ਹੋ ਕੇ ਨਹੀਂ ਖਾਂਦੇ ਜਿੰਨਾ ਲੁਕਮਾਨ ਕੌੜੇ ਮਤੀਰੇ ਨੂੰ ਖੁਸ਼ ਹੋ ਕੇ ਖਾ ਰਿਹਾ। ਕਾਰਨ ਕੀ ਹੈ? ਪਤਾ ਹੈ ਮੈਂ ਖਾਧਾ ਹੈ, ਇਹ ਤਾਂ ਜ਼ਹਿਰ ਵਰਗਾ ਕੌੜਾ ਮਤੀਰਾ, ਪਰ ਲੁਕਮਾਨ ਤੇ ਬੜਾ ਖੁਸ਼, ਬੜਾ ਪ੍ਰਸੰਨ ਹੋ ਕੇ ਚਟਖਾਰੇ ਲਾ ਲਾ ਕੇ ਖਾ ਰਿਹਾ ਹੈ, ਜਿਵੇਂ ਬਹੁਤ ਕੋਈ ਮਿੱਠੀ ਵਸਤੂ ਖਾ ਰਿਹਾ ਹੋਵੇ। ਕਹਿਣ ਲੱਗਾ, ਉੱਠ ਤਾਂ ਖੜਾ ਹੋ ਜਾ। ਸ਼ਾਹੂਕਾਰ ਨੇ ਲੁਕਮਾਨ ਨੂੰ ਉਠਾ ਲਿਆ, ਹੱਥ ਜੋੜੇ ਲੁਕਮਾਨ ਨੇ, ਛੋਟੀ ਜਿਹੀ ਉਮਰ ਹੈ ਲੁਕਮਾਨ ਦੀ। ਕਹਿਣ ਲੱਗਾ, ਮੈਂ ਤੈਨੂੰ ਜ਼ਹਿਰ ਵਰਗਾ ਕੌੜਾ ਮਤੀਰਾ ਦਿੱਤਾ ਹੈ, ਤੈਨੂੰ ਮਿੱਠਾ ਲੱਗਦਾ? ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੈਨੂੰ ਇਹਦੇ ਵਿੱਚੋਂ ਕੋਈ ਸਵਾਦ ਆਉਂਦਾ? ਅੱਖਾਂ ਵਿੱਚ ਹੰਝੂ ਨੇ ਲੁਕਮਾਨ ਦੇ, ਹੱਥ ਜੁੜੇ। ਕਹਿਣ ਲੱਗਾ, ਤੂੰ ਮੇਰਾ ਮਾਲਕ ਹੈ, ਮਾਲਕ ਦੀ ਦਿੱਤੀ ਵਸਤੂ ਨੂੰ ਕਦੇ ਕੌੜਾ ਜਾਂ ਮਿੱਠਾ ਜਾਣ ਕੇ ਨਹੀਂ ਖਾਧਾ ਜਾਂਦਾ। ਸ਼ਾਹੂਕਾਰ ਜੀ, ਮੈਂ ਤਾਂ ਇਸ ਕਰਕੇ ਇਸ ਬਖਸ਼ਿਸ਼ ਨੂੰ ਖਾ ਰਿਹਾ ਹੈ, ਤੁਹਾਡੀ ਦਿੱਤੀ ਵਸਤੂ ਨੂੰ ਆਨੰਦ ਦੇ ਨਾਲ ਖਾ ਰਿਹਾ ਵਾਂ, ਕਿਉਂਕਿ ਤੁਸੀਂ ਮੇਰੇ ਮਾਲਕ ਹੋ ਅਤੇ ਮੈਂ ਤੁਹਾਡਾ ਨੌਕਰ ਹਾਂ। ਕਦੇ ਮਾਲਕ ਵੀ ਆਪਣੇ ਨੌਕਰ ਦਾ ਮਾੜਾ ਸੋਚ ਸਕਦਾ ਹੈ? ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਚੰਡਾਂ ਮਾਰੀਆਂ ਸ਼ਾਹੂਕਾਰ ਨੇ ਆਪਣੇ ਮੁੱਖ ਦੇ ਉੱਪਰ, ਮੈਂ ਆਪਣਾ ਫਰਜ਼ ਨਹੀਂ ਪਛਾਣਿਆ, ਪਰ ਇੱਕ ਸੇਵਕ ਨੇ ਮੈਨੂੰ ਅੱਜ ਜਾਚ ਸਿਖਾ ਦਿੱਤੀ ਹੈ। ਇੱਕ ਸੇਵਕ ਦਾ ਫਰਜ਼ ਕੀ ਹੈ ਔਰ ਇੱਕ ਮਾਲਕ ਦਾ ਫਰਜ਼ ਕੀ ਹੈ? ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੁੱਖ ਜੇ ਸੁੱਖ ਦੇਹੇ ਤਾਂ ਤੁਝ ਹੈ ਅਰਾਧੀ, ਦੁੱਖ ਭੀ ਤੁਝ ਹੈ ਧਿਆਈ। ਥੋੜ੍ਹਾ ਜਿਹਾ ਦੁੱਖ ਆਵੇ ਨਾ, ਮਾਲਕ ਨੂੰ ਮਿਹਣੇ ਮਾਰਨ ਲੱਗ ਪੈਂਦੇ ਹਾਂ, ਉਹਨੂੰ ਗਾਲਾਂ ਕੱਢਣ ਲੱਗ ਪੈਂਦੇ ਹਾਂ, ਦੁੱਖ ਸਾਨੂੰ ਕਿਉਂ ਦਿੱਤਾ ਹੈ,
ਕਿਉਂ ਦੁੱਖ ਦਿੱਤਾ ਹੈ? ਮੇਰੇ ਮਾਲਕ ਜੀ ਕਹਿੰਦੇ ਨਹੀਂ, ਸੇਵਕ ਬਣ ਜਾ, ਜਨ ਬਣ ਜਾ, ਇਹ ਗੱਲ ਕਹਿ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ, ਔਰ ਮਾਨ ਅਪਮਾਨਾਂ ਦਾਤਾ ਹੈ ਅਤੇ ਤੇਰੀ ਦਾਤ ਹੈ, ਇਹ ਤਾਂ ਤੇਰੀ ਬਖਸ਼ਿਸ਼ ਹੈ। ਜੇ ਤੂੰ ਮੈਨੂੰ ਦੁੱਖ ਦਿੱਤਾ ਹੈ ਨਾ, ਇਹਦੇ ਵਿੱਚ ਵੀ ਮੇਰਾ ਕੋਈ ਭਲਾ ਹੀ ਹੋਵੇਗਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਇਹ ਅਵਸਥਾ ਆ ਜਾਂਦੀ ਹੈ ਨਾ, ਉਦੋਂ ਫਿਰ ਕਹਿ ਸਕਦੇ ਹਾਂ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਐਸਾ ਮਨੁੱਖ ਜਿਹੜੀ ਅਰਦਾਸ ਕਰੇਗਾ ਨਾ, ਉਹਦੀ ਅਰਦਾਸ ਸੰਪੂਰਨ ਹੋਵੇਗੀ, ਪੂਰੀ ਹੋਵੇਗੀ। ਨਹੀਂ ਕਹਿ ਸਕਦੇ ਵੀ ਅਰਦਾਸ ਕੀਤੀ ਸੀ ਅਤੇ ਉਹ ਪੂਰੀ ਨਹੀਂ ਹੋਈ। ਕਿਉਂ? ਜਨ ਦੀ ਅਰਦਾਸ ਗੁਰੂ ਸੁਣਦਾ ਹੈ, ਜਨ ਦੀ ਅਰਦਾਸ ਮਾਲਕ ਸੁਣਦਾ ਹੈ। ਅਸੀਂ ਘਰਾਂ ਵਿੱਚ ਬੈਠੇ ਹੁੰਦੇ ਹਾਂ ਅਤੇ ਕਈ ਵਾਰੀ ਮਨ ਵਿੱਚ ਖਿਆਲ ਆਉਂਦਾ ਹੈ ਸਾਡਾ ਆਹ ਕਾਰਜ ਰਾਸ ਹੋ ਜਾਵੇ ਅਤੇ ਫਿਰ ਬਾਤ ਬਣਦੀ ਹੈ, ਅਤੇ ਫਿਰ ਅਸੀਂ ਘਰ ਦੇ ਜੀਆਂ ਨਾਲ ਸਲਾਹ ਕਰਦੇ ਹਾਂ ਅਤੇ ਕੋਈ ਸਿਆਣਾ ਮਨੁੱਖ ਸਾਨੂੰ ਸਲਾਹ ਦਿੰਦਾ ਹੈ ਵੀ ਗੁਰਦੁਆਰਾ ਸਾਹਿਬ ਜਾਓ, ਗ੍ਰੰਥੀ ਸਾਹਿਬਾਨ ਕੋਲੋਂ ਅਰਦਾਸ ਕਰਾਓ। ਗੁਸਤਾਖੀ ਮਾਫ, ਅਰਦਾਸ ਸਾਨੂੰ ਆਪ ਵੀ ਕਰਨੀ ਆਉਂਦੀ ਹੈ, ਪਰ ਆਪਾਂ ਕਹਿ ਦਿੰਦੇ ਹਾਂ ਗੁਰੂ ਕੇ ਵਜ਼ੀਰ ਕੋਲੋਂ ਅਰਦਾਸ ਕਰਾਓ। ਕਿਉਂ? ਸਾਡਾ ਇਹ ਮੰਨਣਾ ਹੈ ਇਹ ਦੋਨੋਂ ਟਾਈਮ ਗੁਰੂ ਦੀ ਸੇਵਾ ਕਰਦਾ ਹੈ, ਇਹ ਬਾਣੀ ਪੜ੍ਹਦਾ ਹੈ, ਇਹ ਗੁਰੂ ਦੇ ਨੇੜੇ ਰਹਿੰਦਾ ਹੈ, ਗੁਰੂ ਇਹਦੀ ਜ਼ਰੂਰ ਸੁਣੇਗਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸੀ ਭਾਵਨਾ ਬਣ ਜਾਵੇ, ਐਸਾ ਅਕੀਦਾ ਬਣ ਜਾਵੇ ਕਿ ਦਾਤਾ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸੰਸਰ, ਤੇਰੇ ਦਰ ਨੂੰ ਛੱਡ ਕੇ ਹੋਰ ਦੱਸ ਕਿੱਥੇ ਜਾਵਾਂ, ਕਿੱਥੇ ਜਾਵਾਂ, ਤੇਰੇ ਦਰ ਤੋਂ ਵੱਡਾ ਦਰ ਦੁਨੀਆਂ ਵਿੱਚ ਕੋਈ ਹੋਰ ਹੈ ਹੀ ਨਹੀਂ। ਜਿੱਦਣ ਐਸੀ ਭਾਵਨਾ ਹੋ ਗਈ, ਮਾਲਕ ਜੀ ਕਹਿੰਦੇ ਨੇ ਫਿਰ ਗੁਰੂ ਅਰਦਾਸ ਸੁਣ ਵੀ ਲੈਂਦਾ ਜੇ। ਕਿਵੇਂ? ਸਤਿਗੁਰੇ ਆਪਣੇ ਸੁਣੀ ਅਰਦਾਸ, ਜਨ ਬਣ ਕੇ ਅਰਦਾਸ ਕਰੇਗਾ ਅਤੇ ਫਿਰ ਗੁਰੂ ਅਰਦਾਸ ਸੁਣੇਗਾ। ਅਤੇ ਯਾਦ ਰੱਖੀ, ਜਿੱਦਣ ਗੁਰੂ ਨੇ ਅਰਦਾਸ ਸੁਣ ਲਈ ਫਿਰ ਕੀ ਹੋਵੇਗਾ? ਕਾਰਜ ਆਇਆ ਸਗਲਾ ਰਾਸ, ਸਾਰੇ ਕਾਰਜ ਰਾਸ ਹੋ ਜਾਣਗੇ, ਫਿਰ ਨਹੀਂ ਕਹਿਣਾ ਪਵੇਗਾ ਅਰਦਾਸ ਕੀਤੀ ਸੀ ਪੂਰੀ ਨਹੀਂ ਹੋਈ, ਆਹ ਦਾਤ ਮੰਗੀ ਸੀ ਪ੍ਰਾਪਤ ਨਹੀਂ ਹੋਈ, ਆਹ ਪਦਾਰਥ ਮੰਗਿਆ ਸੀ ਨਹੀਂ ਮਿਲਿਆ। ਜਿੱਦਣ ਜਨ ਬਣ ਗਿਆ ਗੁਰੂ ਅਰਦਾਸ ਸੁਣੇਗਾ, ਜਿੱਦਣ ਉਹਨੇ ਅਰਦਾਸ ਸੁਣ ਲਈ ਤੈਨੂੰ ਦਾਤਾਂ ਪ੍ਰਾਪਤ ਹੋ ਜਾਣੀਆਂ ਨੇ। ਜਗਿਆਸੂ ਬੇਨਤੀ ਕਰਦਾ, ਦਾਤਾ ਤੇਰੀ ਬਖਸ਼ਿਸ਼ ਮੈਨੂੰ ਪ੍ਰਾਪਤ ਹੋ ਜਾਵੇ, ਅਤੇ ਮਾਲਕ ਨੇ ਕੀਤੀ ਕਿਰਪਾ, ਉਹ ਦਇਆ ਵਿੱਚ ਆ ਕੇ ਮਿਹਰਾਂ ਦਾ ਮੀਂਹ ਵਰਸਾ ਦਿੱਤਾ। ਅਤੇ ਫਿਰ ਜਗਿਆਸੂ ਕਹਿ ਉੱਠਦਾ ਹੈ, ਕੀ ਆਂਦਾ ਹੈ? ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ। ਇਹ ਜਿਹੜਾ ਸਾਡਾ ਮਨ ਹੈ ਨਾ, ਇਹਨੂੰ ਵਿਸ਼ਿਆਂ ਵਿਕਾਰਾਂ ਰੂਪੀ ਪਾਪਾਂ ਦੀ ਮੈਲ ਲੱਗੀ ਦੇ, ਤਨ ਨੂੰ ਲੱਗੀ ਮੈਲ ਅਸੀਂ ਦੂਰ ਕਰ ਲੈਂਦੇ ਹਾਂ ਇਸ਼ਨਾਨ ਕਰਕੇ ਨਹਾ ਕੇ। ਗੁਸਤਾਖੀ ਮਾਫ, ਮਨ ਨੂੰ ਲੱਗੀ ਮੈਲ ਪਾਣੀ ਸਾਫ਼ ਨਹੀਂ ਕਰਦਾ, ਸਾਬਣ ਸਾਫ਼ ਨਹੀਂ ਕਰਦਾ, ਤਨ ਨੂੰ ਲੱਗੀ ਹੋਈ ਮੈਲ ਗੁਰ ਸ਼ਬਦ ਸਾਫ਼ ਕਰਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ, ਜਦੋਂ ਗੁਰੂ ਨੇ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰ ਦਿੱਤੀ, ਗੁਰ ਸ਼ਬਦ ਦੀ ਬਖਸ਼ਿਸ਼ ਕਰ ਦਿੱਤੀ ਅਤੇ ਉਹਦੀ ਕਮਾਈ ਕੀਤਿਆਂ, ਫਿਰ ਹੋਣਾ ਕੀ ਹੈ? ਜਨਮਾਂ ਜਨਮਾਤਰਾਂ ਦੀ ਜਿਹੜੀ ਮੈਲ ਲੱਗੀ ਸੀ ਨਾ ਹਿਰਦੇ ਨੂੰ, ਉਹ ਜਾਂਦੀ ਰਹੀ, ਉਹ ਖਤਮ ਹੋ ਗਈ, ਨਾਸ ਹੋ ਗਈ। ਬੜੇ ਪਿਆਰ ਦੇ ਨਾਲ ਪਵਿੱਤਰ ਸ਼ਬਦ ਗਾਵੀਏ, ਸੁਣੋ। ਗੁਰਪੂਰੇ ਮੇਰੀ ਰਾਖ ਲਈ, ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ, ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ, ਜਨਮ ਜਨਮ ਕੀ ਮੈਲ ਗਈ।
ਰਹਿ ਮੇਰੀ ਰਾਖ ਨਹੀਂ, ਗੁਰਪੁਰੈ ਮੇਰੀ ਰਾਖ ਨਹੀਂ। ਪ੍ਰਤਾਪ ਪ੍ਰਭ ਮੇਰੇ ਕਾ ਬੜ ਪ੍ਰਤਾਪ, ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਰਿਤੈ ਮਹਿਦੀਨੋ, ਅੰਮ੍ਰਿਤ ਨਾਮ ਰਿਤੈ ਮਹਿਦੀਨੋ, ਜਨਮ ਜਨਮ ਕੀ ਮੈਲ ਗਈ, ਜਨਮ ਜਨਮ ਕੀ ਮੈਲ ਗਈ, ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ। ਰੱਖ ਮਨ ਮਾਹੀ ਚਰਨ ਕਮਲ, ਰੱਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉਪਰ ਕੋ ਨਾਹੀ, ਗੁਰਪੁਰੈ ਮੇਰੀ ਰਾਖ ਲਈ, ਗੁਰਪੁਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਰਿਤੈ ਮਹਿਦੀਨੋ, ਅੰਮ੍ਰਿਤ ਨਾਮ ਰਿਤੈ ਮਹਿਦੀਨੋ, ਜਨਮ ਜਨਮ ਕੇ ਮੈਲ ਗਏ,
ਜਨਮ ਜਨਮ ਕੇ ਮੈਲ ਗਏ ਗੁਰਪੁਰੈ ਮੇਰੇ ਰਾਖ ਲਏ ਮੇਰੀ ਰਾਖ ਲਏ ਮੇਰੀ ਰਾਖ ਲਏ ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ। ਸਮਾਂ ਲਗਭਗ ਹੋ ਚੱਲਿਆ, 2-4 ਮਿੰਟ ਬਾਕੀ ਨੇ ਅਪਰੇ ਵਾਲੇ ਸਾਰੇ ਸਿੰਘਾਂ ਦੀ ਸਿਫਾਰਸ਼ 'ਤੇ, ਕਿਉਂਕਿ ਉਹਨਾਂ ਨੇ ਦਸ ਨੂੰ ਆਉਂਦੇ ਹੁਕਮ ਕੀਤਾ ਸੀ ਵੀ ਇਹ ਸ਼ਬਦ ਜ਼ਰੂਰ ਸਰਵਣ ਕਰਾਉਣਾ। ਆਓ, ਧੰਨ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਐਸੇ ਦੀਨ ਦਿਆਲ ਸਤਿਗੁਰੂ, ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਦਾਤਾ, ਤੇਰੇ ਵਰਗਾ ਹੋਰ ਕੋਈ ਰਾਜਾ ਨਹੀਂ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਾਜਿਆਂ ਦੇ ਪਿੱਛੇ ਤੁਰੇ ਫਿਰਨੇ ਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਕਹਿੰਦੇ, ਉਹ ਪਰਮੇਸ਼ੁਰ ਐਸਾ ਮਹਾਨ ਦਿਆਲੂ ਕਿਰਪਾਲੂ ਰਾਜਾ ਹੈ, ਕਹਿੰਦੇ ਉਹ ਗਰੀਬ ਨਿਵਾਜ ਹੈ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਸਾਰ ਦੇ ਰਾਜੇ ਤਾਂ ਅਮੀਰ ਨਿਵਾਜ ਹੀ ਨੇ ਨਾ, ਆਪਾਂ ਨੂੰ ਪਤਾ ਹੈ, ਗੁਸਤਾਖੀ ਮਾਫ਼, ਇਹ ਕੋਈ ਰਾਜਸੀ ਬਚਨ ਨਹੀਂ। ਕਿਉਂਕਿ ਕਈ ਵਾਰੀ ਕਈ ਗੁਰਮੁਖ ਪਿਆਰੇ ਕਹਿ ਦਿੰਦੇ ਨੇ ਵੀ ਧਾਰਮਿਕ ਸਮਾਗਮ ਹੈ ਅਤੇ ਇਹਦੇ 'ਤੇ ਇਹਦੇ ਵਿੱਚ ਰਾਜਸੀ ਗੱਲ ਨਹੀਂ ਆਉਣੀ ਚਾਹੀਦੀ। ਹੁਣੇ ਅਸੀਂ ਭੋਗਪੁਰ ਦੇ ਨੇੜੇ ਇੱਕ ਸਮਾਗਮ, ਉੱਥੇ ਹਾਜ਼ਰੀ ਭਰ ਕੇ ਨਿਕਲੇ, 8 ਤੋਂ 9 ਵਜੇ ਦਾ ਸਮਾਂ ਸੀ ਉੱਥੇ, ਅਤੇ ਉਹਨਾਂ ਨੇ ਇਸ਼ਤਿਹਾਰਾਂ ਦੇ ਵਿੱਚ ਪਾਇਆ ਸੀ ਵੀ ਕੇਵਲ ਧਾਰਮਿਕ ਬਚਨ ਹੀ ਹੋਣ, ਸਿਆਸੀ ਗੱਲ ਕੋਈ ਨਾ ਹੋਵੇ। ਅਤੇ ਅਸੀਂ ਜਦੋਂ ਰਸਤੇ 'ਚ ਜਾ ਰਹੇ ਸੀ ਨਾ, ਅਤੇ ਮੈਂ ਨਾਲ ਦੇ ਸਿੰਘਾਂ ਨੂੰ ਕਿਹਾ, ਮੈਂ ਕਿਹਾ ਤੁਹਾਨੂੰ ਪਤਾ ਹੈ ਇਹਨਾਂ ਨੇ ਇਹ ਬਚਨ ਕਿਉਂ ਕਿਹਾ ਲਿਖਿਆ ਹੈ? ਕਹਿਣ ਲੱਗੇ ਨਹੀਂ। ਮੈਂ ਕਿਹਾ ਮੈਨੂੰ ਪਤਾ ਲੱਗ ਗਿਆ। ਕਹਿਣ ਲੱਗੇ ਕਿਹੜੀ ਗੱਲੋਂ? ਮੈਂ ਕਿਹਾ ਜਦੋਂ ਭੋਗਪੁਰ ਤੋਂ ਮੁੜੇ ਆਪਾਂ, ਰਸਤੇ ਵਿੱਚ ਕਿਤੇ 4-5 ਫੁੱਟ ਵੀ ਸੜਕ ਵਧੀਆ ਆਈ ਹੈ, ਸਾਰੀ ਟੋਏ ਟਿੱਬੇ ਹੀ ਆਏ ਨੇ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਹੋ ਸਕਦਾ ਹੈ ਸਾਰੇ ਪਿੰਡ ਫਿਰ ਉਸੇ ਪਾਰਟੀ ਨਾਲ ਹੀ ਸੰਬੰਧਿਤ ਹੋਣ, ਅਤੇ ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਰਾਜਸੀ ਗੱਲ ਕੋਈ ਨਹੀਂ ਕਰਨੀ, ਵੀ ਸਾਡੇ ਪਾਰਟੀ ਦੇ ਉਲਟ ਨਹੀਂ ਬੋਲਣਾ। ਇਹੋ ਜਿਹਾ ਕੋਈ ਮਨਸਾ ਨਹੀਂ, ਪਰ ਸਾਧ ਸੰਗਤ ਕਈ ਵਾਰੀ ਸੁਭਾਵਕ ਹੀ ਬਚਨ ਹੋ ਜਾਂਦਾ ਹੈ ਨਾ। ਖੈਰ, ਮੇਰੇ ਮਾਲਕ ਜੀ ਸਾਨੂੰ ਸਿੱਖਿਆ ਦਿੰਦੇ ਨੇ, ਕਹਿੰਦੇ ਰਾਜਿਆਂ ਦੇ ਪਿੱਛੇ ਤੁਰੇ ਫਿਰਨੇ ਆ, ਪਰ ਸੱਚਾ ਰਾਜਾ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ, ਉਹਦੀ ਜਿੰਦਾਬਾਦ ਕਰੀਏ, ਉਹਦੀ ਜਿੰਦਾਬਾਦ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਏ। ਪਿੰਡ ਦਾ ਕੋਈ ਛੋਟਾ ਜਿਹਾ ਲੀਡਰ ਹੋਵੇ ਤੇ ਆਪਾਂ ਕਈ ਵਾਰੀ ਉਹ ਤੋਂ ਹੀ ਡਰੀ ਜਾਂਦੇ ਹਾਂ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਯਾਦ ਰੱਖਿਓ, ਜੇ ਬਾਬਰ ਚੜ੍ਹ ਕੇ ਆਇਆ, ਕਿੰਨੇ ਰਾਜਪੂਤ ਰਾਜੇ ਸਨ ਜਿਨ੍ਹਾਂ ਦੀ ਧਾਂਕ ਸੀ ਸਾਰੇ ਹਿੰਦੁਸਤਾਨ ਦੇ ਵਿੱਚ, ਆਪਣੀਆਂ ਬਹੂ ਬੇਟੀਆਂ ਦੇ ਡੋਲੇ ਦੇ ਕੇ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਬਾਬਰ ਦੇ ਨਾਲ, ਅਧੀਨਗੀ ਸਵੀਕਾਰ ਲਈ, ਨਜ਼ਰਾਨੇ ਦੇ ਕੇ ਉਹਦੀ ਗੁਲਾਮੀ ਸਵੀਕਾਰ ਲਈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੁਲੰਦ ਆਵਾਜ਼ ਵਿੱਚ ਆਖਿਆ, ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਬਾਬਰ ਦਾ ਮਤਲਬ ਹੁੰਦਾ ਵੱਡਾ, ਵੱਡੇ ਦਾ ਫਰਜ਼ ਹੁੰਦਾ ਛੋਟੇ 'ਤੇ ਦਇਆ ਕਰਨੀ, ਤੂੰ ਤਾਂ ਛੋਟਿਆਂ ਨੂੰ ਗਾਜਰਾਂ ਬੋਲੀਆਂ ਦੀ ਤਰ੍ਹਾਂ ਵੱਢੀ ਜਾਂਦਾ। ਸਤਿਗੁਰਾਂ ਨੇ ਸਾਨੂੰ ਸੱਚ ਦਾ ਝੰਡਾ ਬੁਲੰਦ ਕਰਨ ਵਾਸਤੇ ਆਖਿਆ ਹੈ। ਪ੍ਰਸਾਦ ਸੰਗਤ, ਸਾਡਾ ਸੁਭਾਅ ਹੈ, ਅਸੀਂ ਕਈ ਵਾਰੀ ਨਾ ਐਵੇਂ ਡਰੀ ਜਾਂਦੇ ਹਾਂ ਵੀ ਕੱਲ੍ਹ ਨੂੰ ਐਵੇਂ ਰੌਲਾ ਪਾਉਣਾ। ਕੱਲ੍ਹ ਹੀ ਗੁਰਮੁਖ ਪਿਆਰੇ ਤੁਹਾਡੇ ਇਲਾਕੇ ਦੇ ਵਿੱਚ ਹੀ ਸਮਾਗਮ ਸੀ, ਇੱਥੇ ਵੀ ਵਿਚਾਰਾਂ ਚੱਲ ਪਈਆਂ, ਬਾਅਦ ਵਿੱਚ ਜਲ ਪਾਣੀ ਛਕਣ ਲੱਗੇ। ਭਾਈ ਸਾਹਿਬ, ਤੁਹਾਡਾ ਕੀ ਖਿਆਲ ਹੈ ਆਹ ਜੋ ਕੁਝ ਹੋ ਰਿਹਾ ਪ੍ਰਤੀਕਰਮ,
ਧਾਰਮਿਕ ਤੇ ਰਾਜਨੀਤਿਕ ਮੈਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਆਪੇ ਸਮਝ ਗਏ ਹੋਵੋਗੇ ਇਹਦੇ ਬਾਰੇ ਕੀ ਖਿਆਲ ਹੈ। ਮੈਂ ਕਿਹਾ ਵੀ ਮੈਂ ਜੋ ਖਿਆਲ ਤੁਹਾਨੂੰ ਕਹੂੰਗਾ ਰੌਲਾ ਪਾਓਗੇ। ਕਹਿਣ ਲੱਗੇ ਇਹਦਾ ਕੀ ਮਤਲਬ? ਮੈਂ ਕਿਹਾ ਖਿਆਲ ਤੁਸੀਂ ਸਾਰਿਆਂ ਦੇ ਲਈ ਜਾਂਦੇ ਹੋ, ਕਰਦੇ ਤਾਂ ਤੁਸੀਂ ਕੱਖ ਵੀ ਨਹੀਂ। ਗੱਜ ਕੇ ਆਖੋ ਸਤਨਾਮ, ਸ਼੍ਰੀ ਵਾਹਿਗੁਰੂ ਸੁਭਾਅ ਬਣ ਗਿਆ ਸਾਡਾ, ਸਵਾਦ ਲੈਣਾ ਹੈ ਬਸ। ਪਰ ਸਾਧ ਸੰਗਤ ਗੱਲ ਤਾਂ ਹੀ ਬਣਦੀ ਹੈ ਨਾ ਜੇਕਰ ਕੋਈ ਬਚਨ ਹੈ ਤਾਂ ਉਹਦੇ ਉੱਤੇ ਅਮਲ ਕਰਕੇ ਅਤੇ ਉਹਨੂੰ ਬੁਲੰਦ ਕਰੀਏ ਵੀ ਆਹ ਸੱਚ ਹੈ, ਅਸੀਂ ਸੱਚ 'ਤੇ ਖੜ੍ਹੇ ਹਾਂ। ਮੈਂ ਕਿਹਾ ਜੋ ਕੁਝ ਹੋਇਆ ਹੈ ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਕਹਿ ਦਿੱਤਾ ਹੈ ਤੁਹਾਡੇ ਗਿੱਟੇ ਲੱਗੇ, ਗੋਡੇ ਲੱਗੇ, ਅਸੀਂ ਤੁਹਾਡੇ ਤੋਂ ਲੈ ਕੇ ਖਾਣਾ। ਕੋਈ ਮਨੁੱਖ ਸੀ ਉਹ ਵਾਰ ਵਾਰ ਇੱਕ ਗੱਲ ਸਵਾਲ ਕਰੇ, ਕੀ ਕਹੋਗੇ ਇਹਦੇ ਬਾਰੇ? ਮੈਂ ਕਿਹਾ ਵੀ ਗਲਤ ਹੈ, ਗਲਤ ਹੈ, ਬਿਲਕੁਲ ਗਲਤ ਹੈ ਅਤੇ ਗਲਤ ਹੈ। ਹੋ ਸਕਦਾ ਤੁਹਾਡੇ ਵਿੱਚੋਂ ਵੀ ਕੁਝ ਗੁਰਮੁਖਾਂ ਨੂੰ ਮੇਰਾ ਇਹ ਬਚਨ ਚੰਗਾ ਨਾ ਲੱਗਾ ਹੋਵੇ, ਪਰ ਸਾਧ ਸੰਗਤ ਇਹ ਤਾਂ ਗੁਰੂ ਦੇ ਆਸ਼ੇ ਦਾ ਬਚਨ ਹੈ। ਜਦੋਂ ਅਸੀਂ ਰਾਜਿਆਂ ਦੇ ਅਧੀਨ ਹੋਵਾਂਗੇ ਤਾਂ ਇਹੋ ਜਿਹੇ ਫੈਸਲੇ ਹੋਣੇ ਨੇ। ਪਰ ਮੇਰੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਤੂੰ ਕਿਉਂ ਨਹੀਂ ਉਹਦੇ ਅਧੀਨ ਹੁੰਦਾ ਜਿਹੜਾ ਸਾਰੇ ਸੰਸਾਰ ਦਾ ਰਾਜਾ ਹੈ, ਜਿਹਦਾ ਰਾਜ ਤਿੰਨਾਂ ਲੋਕਾਂ ਵਿੱਚ ਚੱਲਦਾ ਹੈ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਏ। ਬਚਨ ਤੁਹਾਡੇ ਨਾਲ ਸਾਂਝਾ ਕਰਾਂਗਾ। ਕਈ ਗੁਰਮੁਖ ਪਿਆਰੇ ਸੰਤਾਂ ਦੀ ਨਿੰਦਿਆ ਕਰਦੇ ਨੇ, ਪਰ ਇੱਕ ਮੈਂ ਬੇਨਤੀ ਕਰਾਂਗਾ, ਪਖੰਡੀਆਂ ਦੀ ਜੀ ਸਦਕੇ ਕਰਿਓ ਜੇ, ਜਿਹੜੇ ਪੂਰਨ ਸਾਧੂ ਅਤੇ ਜੁਰਤ ਵਾਲੇ ਸਾਧੂ ਨੇ ਉਹਨਾਂ ਦੀ ਨਿੰਦਿਆ ਦਾ ਪਾਪ ਲੱਗਦਾ ਜੀ, ਨਾ ਕਰਿਓ, ਭੁੱਲ ਕੇ ਨਾ ਕਰਿਓ। ਕਿਸੇ ਕਵੀ ਨੇ ਆ ਬੜਾ ਸੁੰਦਰ ਆਖਿਆ, ਕਹਿੰਦਾ ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ। ਜਿਹੜਾ ਪੂਰਨ ਸਾਧੂ ਹੈ ਨਾ ਉਹਦੇ ਨਾਲ ਕੀਤੀ ਮਸ਼ਕਰੀ ਕੁੱਲਾਂ ਦੀ ਬਰਬਾਦੀ ਕਰ ਦਿੰਦੀ ਹੈ। ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਮਹਾਂਪੁਰਸ਼, ਤੱਤ ਬੇਤੇ ਮਹਾਂਪੁਰਸ਼ ਹੋਏ ਨੇ। ਜਦੋਂ ਹਿੰਦੁਸਤਾਨ 'ਤੇ ਅੰਗਰੇਜ਼ਾਂ ਦਾ ਰਾਜ ਸੀ ਨਾ, ਸਾਰੀ ਦੁਨੀਆ 'ਤੇ ਅੰਗਰੇਜ਼ਾਂ ਦਾ ਰਾਜ ਸੀ, ਆਪਾਂ ਨੂੰ ਪਤਾ ਹੈ, ਆਪਾਂ ਕਹਿ ਦਿੰਦੇ ਹਾਂ ਵੀ ਅੰਗਰੇਜ਼ਾਂ ਦੇ ਰਾਜ ਵੇਲੇ ਦਿਨ ਨਹੀਂ ਸੀ ਡੁੱਬਦਾ। ਦਿਨ ਡੁੱਬੇ ਕਿਉਂ? ਦੋਵੇਂ ਪਾਸੇ 'ਤੇ ਉਹਨਾਂ ਦਾ ਰਾਜ ਸੀ ਧਰਤੀ 'ਤੇ। ਗੱਜ ਕੇ ਆਖੋ ਸਤਨਾਮ, ਸ਼੍ਰੀ ਵਾਹਿਗੁਰੂ ਇੱਧਰ ਛਿਪਦਾ ਸੀ ਦੂਸਰੇ ਪਾਸੇ ਚੜ੍ਹ ਜਾਂਦਾ ਸੀ, ਉੱਧਰ ਵੀ ਤਾਂ ਉਹਨਾਂ ਦਾ ਰਾਜ ਸੀ, ਦਿਨ ਛਿਪਦਾ ਕਿਵੇਂ? ਅਤੇ ਜਾਰਜ ਪੰਚਵੀਂ ਜਿਹਨੂੰ ਆਖਿਆ ਜਾਂਦਾ, ਜਿਵੇਂ ਆਪਾਂ ਹੁਣ ਕਹਿ ਦਿੰਦੇ ਹਾਂ ਵੀ ਜਿਹੜੀ ਇੰਗਲੈਂਡ ਦੀ ਮਹਾਰਾਣੀ ਐਲਜਾਬੈਥ, ਅਜੇ ਵੀ ਉਹ ਪਰੰਪਰਾ ਚੱਲਦੀ ਉਹਨਾਂ ਦੀ, ਰਹੋ ਵਿਚਾਰ। ਜਾਰਜ ਪੰਚਮ ਸੀ ਨਾ ਜਿਹੜਾ, ਜਾਰਜ ਪੰਚਵਾਂ, ਉਹਨੇ ਦਿੱਲੀ ਆਉਣਾ ਸੀ ਅਤੇ ਉਹਦੀ ਆਮਦ ਦੀ ਖੁਸ਼ੀ ਦੇ ਵਿੱਚ ਹਿੰਦੁਸਤਾਨੀਆਂ ਨੇ ਇੱਕ ਸਰਬ ਧਰਮ ਬਹੁਤ ਵੱਡਾ ਸੰਮੇਲਨ ਸੱਦਿਆ ਸੀ। ਕਦੇ ਇਤਿਹਾਸ ਪੜ੍ਹਿਓ, ਹਿਸਟਰੀ ਪੜ੍ਹਿਓ, ਪਤਾ ਲੱਗਦਾ ਹੈ ਜਿਹੜਾ ਸਾਡਾ ਰਾਸ਼ਟਰੀ ਗੀਤ ਹੈ ਨਾ ਇੰਡੀਆ ਦਾ, ਰਾਸ਼ਟਰੀ ਗੀਤ ਭਾਰਤ ਦਾ, ਜਨ ਗਨ ਮਨ ਸਰਕਾਰੀ ਸਕੂਲਾਂ 'ਚ ਪੜ੍ਹਾਇਆ ਜਾਂਦਾ ਹੈ। ਰਹੋ ਵਿਚਾਰ, ਇਹ ਜਿਹੜਾ ਜਨ ਗਨ ਮਨ ਗੀਤ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਹੈ ਨਾ, ਇਹਦੀ ਬੈਕਗਰਾਊਂਡ ਕਦੇ ਪੜ੍ਹਿਓ ਜੇ, ਇਹ ਉਦੋਂ ਲਿਖਿਆ ਗਿਆ ਸੀ ਜਦੋਂ ਜਾਰਜ ਪੰਚਮ ਨੇ ਦਿੱਲੀ ਆਉਣਾ ਸੀ ਅਤੇ ਉਹਦੀ ਖੁਸ਼ਾਮਦ ਕਰਨ ਵਾਸਤੇ ਲਿਖਿਆ ਗਿਆ ਸੀ। ਰਹੋ ਵਿਚਾਰ, ਦਸ ਇਸ ਪਾਸੇ ਨਾ ਜਾਵੇ ਸਮਾਂ ਸਮਾਪਤ 'ਤੇ। ਅਤੇ ਸਾਧ ਸੰਗਤ ਸਰਬ ਧਰਮ ਸੰਮੇਲਨ ਹੋਣਾ ਸੀ ਅਤੇ ਸਾਰਿਆਂ ਨੇ ਉਹਨੂੰ ਖੁਸ਼ਾਮਦੀਦ ਕਹਿਣਾ ਸੀ, ਜੀ ਆਇਆਂ ਨੂੰ ਕਹਿਣਾ ਸੀ, ਹਰੇਕ ਧਰਮ ਦੇ ਬੁਲਾਰੇ ਨੇ ਉਹਦੀ ਤਾਰੀਫ ਕਰਨੀ ਸੀ। ਅਤੇ ਜਿਹੜੇ ਸਿੱਖਾਂ ਵੱਲੋਂ ਨੁਮਾਇੰਦੇ ਗਏ ਸਨ ਨਾ, ਉਹ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਮਹਾਂਪੁਰਸ਼ ਗਏ ਸਨ। 20-20 ਮਿੰਟ ਦਾ ਸਮਾਂ ਸੀ। ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਸਰੂਪ ਹਾਥੀ ਦੀ ਅੰਬਾਰੀ ਵਿੱਚ ਪ੍ਰਕਾਸ਼ ਕਰਕੇ ਲੈ ਕੇ ਗਏ ਸਨ। ਹਾਥੀ ਦੀ ਅੰਬਾਰੀ ਵਿੱਚ ਗੁਰੂ ਸਾਹਿਬ ਦੀ ਤਾਬਿਆ 'ਚ ਬੈਠ ਕੇ ਮਹਾਂਪੁਰਸ਼ਾਂ ਨੇ 20 ਮਿੰਟ ਲਗਾਤਾਰ, ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਚਾ, ਇਹਨਾਂ ਪੰਕਤੀਆਂ ਦੀ ਕਥਾ ਕੀਤੀ ਸੀ। ਇਹਨਾਂ ਪੰਕਤੀਆਂ ਦੀ ਵੀ ਜਾਰਜ ਪੰਚਮ, ਅਸੀਂ ਤੇਰੇ ਉਪਾਸ਼ਕ ਨਹੀਂ,
ਅਸੀਂ ਤੇਰੇ ਅਧੀਨ ਨਹੀਂ, ਅਸੀਂ ਤੇ ਉਹਦੇ ਅਧੀਨ ਆ ਜਿਹਦਾ ਤਿੰਨਾਂ ਲੋਕਾਂ ਵਿੱਚ ਰਾਜ ਚੱਲਦਾ ਹੈ, ਤੇ ਉਹਦੇ ਵਰਗਾ ਰਾਜਾ ਸੰਸਾਰ ਵਿੱਚ ਦੂਸਰਾ ਕੋਈ ਨਹੀਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਰਾਜੇ ਦੀ ਅਧੀਨਗੀ ਨੂੰ ਪ੍ਰਵਾਨ ਕਰਕੇ ਦੇਖੀਏ, ਫਿਰ ਸੰਸਾਰੀ ਰਾਜਿਆਂ ਦੀ ਅਧੀਨਗੀ ਦੀ ਪ੍ਰਵਾਨਗੀ ਦੀ ਕੋਈ ਜ਼ਰੂਰਤ ਨਹੀਂ, ਗੁਲਾਮੀ ਕਰਨ ਦੀ ਕੋਈ ਲੋੜ ਨਹੀਂ। ਜਿਹੜਾ ਉਹਦਾ ਗੁਲਾਮ ਹੋ ਗਿਆ ਉਹ ਐਵੇਂ ਥਾਂ ਥਾਂ ਨਹੀਂ ਵਿਕਦਾ ਫਿਰਦਾ, ਉਹ ਥਾਂ ਥਾਂ ਗੁਲਾਮ ਨਹੀਂ ਹੁੰਦਾ। ਸ਼੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਸ ਮਾਲਕ ਦੇ ਗੁਲਾਮ ਬਣ ਗਏ, ਸਰਕਾਰ ਜ਼ੋਰ ਲਾ ਕੇ ਖੱਪ ਗਈ ਕਿਸੇ ਦੇ ਗੁਲਾਮ ਹੋਏ ਨਾ। ਜਿਹੜਾ ਉਹਦਾ ਗੁਲਾਮ ਬਣ ਗਿਆ ਸਾਧ ਸੰਗਤ, ਉਹ ਫਿਰ ਸੰਸਾਰ ਦੇ ਕਿਸੇ ਮਨੁੱਖ ਦੀ ਪਰਵਾਹ ਨਹੀਂ ਜੇ ਕਰਦਾ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਏ, ਦਾਤਾ ਤੈਨੂੰ ਛੱਡ ਕੇ ਹੋਰ ਕਿਸੇ ਨੂੰ ਕਿਉਂ ਧਿਆਵਾਂ, ਕਿਉਂਕਿ ਬਾਕੀ ਸਾਰੇ ਝੂਠੇ ਨੇ, ਚਾਰ ਦਿਨਾਂ ਦੇ ਪ੍ਰਾਹੁਣੇ ਨੇ ਕਿਸੇ ਦੀ, ਅੱਜ ਜਿੰਦਾਬਾਦ ਕੱਲ੍ਹ ਨੂੰ ਮੁਰਦਾਬਾਦ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਹੁੰਦਾ ਹੈ ਨਾ, ਆਪਣੇ ਪਿੰਡ ਕੋਈ ਲੀਡਰ ਆ ਜਾਏ ਆਪਾਂ ਜਿੰਦਾਬਾਦ ਜਿੰਦਾਬਾਦ ਕਰਦੇ ਹਾਂ, ਕੀ ਕਾਰਨ ਹੁੰਦਾ ਵੀ ਕੰਮ ਕੁੰਮ ਕਰਾਉਣੇ ਪੈ ਜਾਂਦੇ ਨੇ, ਤਾਂ ਹੀ ਜਿੰਦਾਬਾਦ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਦੁਨਿਆਵੀ ਗੱਲਾਂ ਨੂੰ ਛੱਡ, ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਜਿੰਦਾਬਾਦ ਕਰ, ਯਾਦ ਰੱਖੀ ਇਹ ਸੰਸਾਰ ਵਿੱਚ ਵੀ ਤੇਰੀ ਜਿੰਦਾਬਾਦ ਅਤੇ ਪਰਲੋਕ ਵਿੱਚ ਵੀ ਤੇਰੀ ਜਿੰਦਾਬਾਦ ਕਰਵਾ ਦੇਵੇਗਾ, ਜੇਕਰ ਤੂੰ ਉਹ ਸੱਚੇ ਰਾਜੇ ਦੀ ਜਿੰਦਾਬਾਦ ਕਰੇਗਾ। ਆਓ ਤਨ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਬੜੇ ਪਿਆਰ ਦੇ ਨਾਲ ਗਾਵੀਗੇ, ਸੁਣੀਏ, ਸਮਾਂ ਹੋ ਚੁੱਕਾ ਹੈ ਸਮਾਪਤੀ ਕਰਨ ਦਾ। ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ, ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪੇ ਆਪ ਗਰੀਬ ਨਿਵਾਜਾ, ਹਾਂ ਰਾਜਨ 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 ਤੁਮ ਸਭ ਰਾਜਨ ਕੇ ਰਾਜਾ, ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹਿ, ਹਾਰ ਪਰਾ ਮੈਂ ਆਨ ਦੁਆਰ ਤੋਹੇ, ਆਪਣਾ ਜਾਨ ਕਰੋ ਪ੍ਰਤ ਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੈ ਹਾਥ ਉਬਾਰੋ, ਹਮਰੇ ਸਭ ਬੈਰੀਅਨ ਸੰਗਾਰੋ, ਪ੍ਰਥਮ ਤਰੋ ਭਗਵਤ ਕੋ ਧਿਆਨ, ਬੌਰ ਕਰੋ ਕਵਿਤਾ ਬਿਦਨਾਨਾ, ਕ੍ਰਿਸ਼ਨ ਜਥਾ ਮਤ ਚਰਿਤਰੇ ਉਚਾਰੋ, ਚੂਕ ਹੋਏ ਕਬਲੇ ਹੋ ਸੁਧਾਰੋ, ਚੂਕ ਹੋਏ ਕਬਲੇ ਹੋ ਸੁਧਾਰੋ, ਚੂਕ ਹੋਏ ਕਬਲੇ ਹੋ ਸੁਧਾਰੋ, ਰਾਜਨ 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 ਤੁਮ ਸਭ ਰਾਜਨ ਕੇ ਰਾਜਾ, ਰਾਜਨ 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 ਤੁਮ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪੇ ਆਪ ਗਰੀਬ ਨਿਵਾਜਾ, ਰਾਜਨ 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 ਤੁਮ ਸਭ ਰਾਜਨ ਕੇ ਰਾਜਾ, ਰਾਜਨ 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 ਤੁਮ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ।